सतनाम वाहिगुरु जी। श्री नानक पाद पंकज बंदन पग पंकज बंदन सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्न के नाशक बिघ्न के नाशक श्री हर गोविंद शुभ सुमत पर काशक श्री हर राय नमो कर जोरी नमो कर जोरी श्री हर कृष्ण मनाएव तेग बहादुर परम कृपाल सतगुर परम कृपाल श्री गुरु गोविंद सिंह विशाल तरों तारा पार पुन पुन शीष जी पुन पुन शीष बंदो बार बार जगदीश सुनो प्रीत कर श्रोता सारे कहो कथा गुर की विस्तारे भीम चंद ते आदि पहारी दिली पठ्यो वकील अगारी वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत धन गुरु गोबिंद सिंह महाराज जी का इतिहास सरवण करन वास्ते आपां गुरु दरबार विच प्राप्त होए हां। पिछले दीवान दे विच बचन सरवण कीते सन महाराज कहन लगे सानू प्यास लगी है कोई सिख जल छकाओ। जदों गुरु गोबिंद सिंह महाराज जी ने बचन कीता एक नौजवान लड़का दौड़ के जल लैके आया। सतगुरां ने जल का कटोरा हाथ विच फड़ लिया पुछया कम की करदे हो। ये नौजवान लड़का कहन लगा महाराज धन विच घर दे विच रिजक भंडारे धन बहुत है कदे कम करन दी लोड़ नहीं पई है। सतगुरु कहन लगे इत्थे संगतां विच की करदे सेवा करदे हो। कहन लगा जी नहीं इत्थे भी नहीं सेवा करदे। सतगुरां ने वह जल डोल दिता तो बचन आख्या ये जल मुरदे दे नाल छू गया है पीण दे योग नहीं रह गया। उस लड़के ने महाराज के चरण फड़े बेनती की महाराज बख्श लवो। फिर सतगुरां ने उपदेश दिता है कहन लगे सेवा तो बिना
ਇਹ ਹੱਥ ਸਫਲੇ ਨਹੀਂ ਹੋ ਸਕਦੇ। ਹੱਥ ਸਫਲੇ ਤਾਂ ਨੇ ਜੇ ਸੇਵਾ ਕਰੋਗੇ, ਪੈਰ ਸਫਲੇ ਤਾਂ ਨੇ ਜੇ ਸੰਗਤ ਵਿੱਚ ਚੱਲ ਕੇ ਜਾਵਾਂਗੇ, ਕੰਨ ਸਫਲੇ ਤਾਂ ਨੇ ਜੇ ਗੁਰੂ ਦੀ ਬਾਣੀ ਕੰਨਾਂ ਵਿੱਚ ਸੁਣਾਂਗੇ, ਅੱਖਾਂ ਸਫਲੀਆਂ ਤਾਂ ਨੇ ਜੇ ਗੁਰੂ ਦਾ ਦਿਦਾਰਾ ਕਰਾਂਗੇ, ਜ਼ੁਬਾਨ ਸਫਲੀ ਤਾਂ ਹੈ ਜੇ ਬਾਣੀ ਪੜ੍ਹਾਂਗੇ। ਇਹ ਬਚਨ ਸੁਣਾ ਕੇ ਮਹਾਰਾਜ ਨੇ ਉਸ ਲੜਕੇ ਨੂੰ ਕਿਰਤਾਰਥ ਕੀਤਾ। ਉਸਨੇ ਜੀਵਨ ਵਿੱਚ ਕਮਾਈ ਕੀਤੀ ਹੈ, ਸੇਵਾ ਕੀਤੀ ਹੈ ਅਤੇ ਸਫਲਾ ਹੋਇਆ। ਇਤਿਹਾਸ ਆਪਾਂ ਕੱਲ੍ਹ ਸਰਵਨ ਕਰਿਆ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਹ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨੋ ਪ੍ਰੀਤ ਕਰ ਸ਼੍ਰੋਤਾ ਸਾਰੇ। ਭਾਈ ਸੰਤੋਖ ਸਿੰਘ ਜੀ ਇਤਿਹਾਸ ਸਰਵਨ ਕਰਵਾ ਰਹੇ ਨੇ, ਕਹਿਣ ਲੱਗੇ ਆਓ ਤੁਹਾਨੂੰ ਇੱਕ ਨਵੀਂ ਕਥਾ, ਇੱਕ ਨਵੀਂ ਸਾਖੀ ਸਰਵਨ ਕਰਵਾਉਂਦੇ ਹਾਂ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਬੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ। ਆਓ ਅਗਲੀ ਕਥਾ ਨੂੰ ਸੁਣਨਾ ਕਰੀਏ। ਕਹੋ ਕਥਾ ਗੁਰ ਕੀ ਵਿਸਤਾਰੇ। ਮੈਂ ਸਤਿਗੁਰਾਂ ਦੀ ਕਥਾ ਬੜੇ ਵਿਸਥਾਰ ਦੇ ਨਾਲ ਹੁਣ ਅੱਗੇ ਆਪ ਜੀ ਨੂੰ ਸਰਵਨ ਕਰਵਾਉਂਦਾ ਹਾਂ। ਭੀਮ ਚੰਦ ਤੇ ਆਦਿ ਪਹਾੜੀ। ਆਪਾਂ ਪਿੱਛੇ ਇਹ ਬਚਨ ਸਰਵਨ ਕੀਤਾ ਸੀ ਕਿ ਪਹਾੜੀ ਰਾਜਿਆਂ ਨੇ ਆਪਸ ਵਿੱਚ ਮੀਟਿੰਗ ਕੀਤੀ ਹੈ, ਅਤੇ ਮੀਟਿੰਗ ਕਰਨ ਤੋਂ ਬਾਅਦ ਵਿੱਚ ਉਹਨਾਂ ਨੇ ਇਹ ਨਿਰਣਾ ਕੀਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਆਪਾਂ ਪੂਰੇ ਨਹੀਂ ਲੈ ਸਕਦੇ। ਮਹਾਰਾਜ ਬਹੁਤ ਜ਼ਿਆਦਾ ਇਸ ਵੇਲੇ ਤਾਕਤ ਪ੍ਰਾਪਤ ਕਰ ਚੁੱਕੇ ਨੇ, ਇਸ ਵੇਲੇ ਸਾਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਜਿੰਨਾ ਚਿਰ ਮਦਦ ਨਹੀਂ ਦੇਵੇਗਾ, ਉਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਹਰਾ ਨਹੀਂ ਸਕਦੇ। ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਇੱਕ ਆਪਣਾ ਵਕੀਲ ਜਿਹੜਾ ਹੈ ਨਾ ਆਪਣੇ ਵੱਲੋਂ ਪਹਾੜੀਆਂ ਨੇ ਦਿੱਲੀ ਭੇਜਿਆ ਕਿ ਬਾਦਸ਼ਾਹ ਔਰੰਗਜ਼ੇਬ ਦੇ ਕੋਲੋਂ ਮਦਦ ਲੈ ਕੇ ਆਓ। ਇਹ ਜਿਹੜੇ ਪਹਾੜੀ ਰਾਜੇ ਨੇ ਜਿਹੜਾ ਇਹਨਾਂ ਨੇ ਆਪਣਾ ਇੱਕ ਵਕੀਲ ਇੱਕ ਨੁਮਿੰਦਾ ਦਿੱਲੀ ਭੇਜਿਆ ਸੀ ਮਦਦ ਲੈਣ ਵਾਸਤੇ, ਕਹਿਣ ਲੱਗੇ ਉਹ ਦਿੱਲੀ ਪਹੁੰਚਿਆ ਹੈ। ਦਿੱਲੀ ਪਠਿਓ ਵਕੀਲ ਅਗਾਰੀ। ਇਹਨਾਂ ਨੇ ਪਹਿਲਾਂ ਹੀ ਵਕੀਲ ਭੇਜਿਆ ਹੋਇਆ ਸੀ ਪਹਾੜੀ ਰਾਜਿਆਂ ਨੇ ਵੀ ਸਾਡੇ ਵੱਸ ਦੀ ਗੱਲ ਨਹੀਂ ਰਹਿ ਗਈ ਹੈ, ਗੁਰੂ ਸਾਡੇ ਸਾਰਿਆਂ 'ਤੇ ਭਾਰੀ ਹੋ ਗਿਆ ਹੈ, ਇਸ ਕਰਕੇ ਔਰੰਗਜ਼ੇਬ ਜੇ ਮਦਦ ਕਰੇਗਾ ਅਤੇ ਤਾਂ ਅਸੀਂ ਫਤਿਹ ਪਾ ਸਕਦੇ ਹਾਂ। ਤਿੰਨ ਕਹਿ ਪਠਿਓ ਸਭਨ ਕੇ ਪਾਸ। ਇਸ ਤਰ੍ਹਾਂ ਇਹਨਾਂ ਨੇ ਉਹ ਵਕੀਲ ਜਿਹੜਾ ਸੀ ਨਾ ਸਾਰੇ ਰਾਜਿਆਂ ਨੇ ਕਹਿ ਕੇ ਦਿੱਲੀ ਭੇਜਿਆ ਹੋਇਆ ਹੈ। ਖਰਚੇ ਦਰਬ ਕਾਜ ਹੋਏ ਰਾਸ। ਕਿਉਂਕਿ ਮਾਇਆ ਖਰਚ ਕੇ ਜੇ ਧਨ ਕੰਮ ਬਣ ਜਾਵੇ, ਕੁਝ ਕੰਮ ਉਹ ਨੇ ਜ਼ਿੰਦਗੀ ਦੇ ਜਿਹੜੇ ਸੁੱਤੇ ਸਿੱਧੀ ਬਣ ਜਾਂਦੇ, ਕੁਝ ਕੰਮ ਉਹ ਨੇ ਜਿਹੜੇ ਪੈਸਾ ਖਰਚ ਕੇ ਫਿਰ ਬਣਦੇ। ਰਾਜਿਆਂ ਦੀ ਨੀਤੀ ਇਹ ਹੈ ਵੀ ਜੇ ਪੈਸੇ ਖਰਚ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਖਿਹੜਾ ਛੁੱਟ ਜਾਵੇ ਇਹਨਾਂ ਤੋਂ, ਸਾਨੂੰ ਜੇ ਮੁਗਲ ਬਾਦਸ਼ਾਹ ਨੂੰ ਪੈਸੇ ਵੀ ਦੇਣੇ ਪੈਣ, ਕਿਉਂਕਿ ਜੰਗ ਦੇ ਉੱਪਰ ਖਰਚਾ ਤਾਂ ਹੋਵੇਗਾ ਨਾ, ਕਈ ਸਿਪਾਹੀ ਮਰਨਗੇ, ਕਈ ਘੋੜੇ ਮਰ ਜਾਣੇ ਨੇ, ਕਿੰਨੇ ਹਥਿਆਰ ਟੁੱਟ ਜਾਣੇ ਨੇ, ਕਿੰਨਾ ਗੋਲੀ ਸਿੱਕਾ ਲੱਗਣਾ ਹੈ, ਖਰਚਾ ਤਾਂ ਹੋਵੇਗਾ। ਪਹਾੜੀਆਂ ਰਾਜਿਆਂ ਦੀ ਵਿਚਾਰ ਇਹ ਹੈ ਵੀ ਜੇ ਅਸੀਂ ਬਾਦਸ਼ਾਹ ਨੂੰ ਖਰਚਾ ਵੀ ਦੇ ਦੇਈਏ ਵੀ ਸਾਡੇ ਤੋਂ ਭਾਈ ਜੰਗ ਦਾ ਖਰਚਾ ਲੈ ਲਾ, ਪਰ ਗੁਰੂ ਗੋਬਿੰਦ ਸਿੰਘ ਨੂੰ ਲਾਂਭੇ ਕਰ ਦੇ, ਪਰੇ ਕਰ ਦੇ, ਜੇ ਖਰਚਾ ਕਰਕੇ ਵੀ ਇਹ ਕੰਮ ਬਣਦਾ ਹੈ ਤਾਂ ਇਹ ਕੋਈ ਸੌਦਾ ਮਾੜਾ ਨਹੀਂ ਹੈ, ਇਹ ਕਰਨਾ ਚਾਹੀਦਾ ਹੈ। ਸ਼ਾਹੋ ਨਿਕਟ ਸੂਬੇ ਸੁੱਧ ਲਖੀ। ਇਸ ਕਰਕੇ ਉਹ ਜਿਹੜਾ ਔਰੰਗਜ਼ੇਬ ਦਾ ਸੂਬੇਦਾਰ ਹੈ ਨਾ ਉਹਨੂੰ ਜਾ ਕੇ ਸਾਰੀ ਖਬਰ ਭੇਜੀ ਹੈ। ਤਉ ਜਾਏ ਐਸੀ ਕੁਛ ਦੇਖੀ। ਕਹਿਣ ਲੱਗੇ ਤਾਂ ਵੀ ਐਸੀ ਵਾਰਤਾ ਉਸ ਵੇਲੇ ਦੇਖੀ ਹੈ। ਪਠੈ ਨਾ ਸੈਨ ਬਿਨਾ ਧਨ ਲੀਨੇ। ਕਿਉਂਕਿ ਉਹ ਸੂਬੇਦਾਰ ਵੀ ਅੱਗੋਂ ਲਾਲਚੀ ਹੈ। ਵਕੀਲ ਨੇ ਇਹ ਜਾਣ ਲਿਆ ਵੀ ਜੇ ਅਸੀਂ ਫਰਿਆਦ ਦੱਸ ਵੀ ਦਿੱਤੀ ਨਾ ਦਿੱਲੀ ਦੇ ਸੂਬੇਦਾਰ ਨੂੰ, ਕਿਉਂਕਿ ਔਰੰਗਜ਼ੇਬ ਦਿੱਲੀ ਵਿੱਚ ਨਹੀਂ ਰਹਿੰਦਾ, ਔਰੰਗਜ਼ੇਬ ਤਾਂ ਦੱਖਣ ਦੇ ਵਿੱਚ ਚਲਾ ਗਿਆ, ਦਿੱਲੀ ਛੱਡ ਕੇ ਚਲਾ ਗਿਆ। ਇਹ ਬਚਨ ਆਪਾਂ ਸਰਵਨ ਕੀਤੇ ਸਨ ਕਿ ਭਾਈ ਮਤੀ ਦਾਸ ਦੀ ਸ਼ਹੀਦੀ ਤੋਂ ਬਾਅਦ ਵਿੱਚ ਔਰੰਗਜ਼ੇਬ ਦਿੱਲੀ ਨਹੀਂ ਰਿਹਾ, ਦਿੱਲੀ ਛੱਡਣ ਵਾਸਤੇ ਮਜਬੂਰ ਹੋਣਾ ਪਿਆ, ਪਰ ਔਰੰਗਜ਼ੇਬ ਨੇ ਆਪਣਾ ਇੱਕ ਵਜ਼ੀਰ ਇੱਕ ਸੂਬੇਦਾਰ ਦਿੱਲੀ ਤੈਨਾਤ ਕਰ ਦਿੱਤਾ ਵੀ ਇਸ ਇਲਾਕੇ ਦੇ ਤੂੰ ਦੇਖ ਰੇਖ ਕਰਨੀ ਹੈ। ਪਹਾੜੀ ਰਾਜਿਆਂ ਦਾ ਭੇਜਿਆ ਹੋਇਆ ਵਕੀਲ ਜਦੋਂ ਸੂਬੇਦਾਰ ਦੇ ਕੋਲ ਪਹੁੰਚਿਆ ਨਾ ਮਦਦ ਲੈਣ ਵਾਸਤੇ, ਅਤੇ ਉਹ ਵਕੀਲ ਇਹ ਗੱਲ ਸਮਝ ਗਿਆ ਵੀ ਇਹ ਸੂਬੇਦਾਰ ਪੈਸੇ ਲੈਣ ਬਿਨਾਂ ਮਦਦ ਨਹੀਂ ਕਰੇਗਾ, ਇਹ ਫੌਜ ਵੀ ਤਾਂ ਹੀ ਭੇਜੇਗਾ ਜੇ ਪਹਿਲਾਂ ਇਹਨੂੰ ਮੈਂ ਪੈਸੇ ਦੇਵਾਂ,
ਪੈਸਿਆਂ ਬਿਨਾਂ ਕੰਮ ਬੰਨਾ ਨਹੀਂ ਹੈ। ਕਹਿ ਕਰ ਇੱਕ ਦਵੈ ਬਾਰ ਪਤੀਨੇ, ਕਹਿਣ ਲੱਗੇ ਵੀ ਇੱਕ ਦੋ ਵਾਰੀ ਕਹਿ ਕੇ ਸੂਬੇ ਨੂੰ ਪਰਤਾਇਆ। ਪਹਿਲਾਂ ਤਾਂ ਉਹਨੇ ਖਾਲੀ ਗੱਲਾਂ ਬਾਤਾਂ ਹੀ ਕੀਤੀਆਂ ਵੀ ਵੇਖੋ ਜੀ ਅਸੀਂ ਤੁਹਾਡੀ ਪ੍ਰਜਾ ਹਾਂ, ਅਸੀਂ ਪਹਾੜੀ ਰਾਜੇ ਹਾਂ, ਅਸੀਂ ਤੁਹਾਡੇ ਹੁਕਮ ਦੇ ਵਿੱਚ ਰਹਿ ਕੇ ਰਾਜ ਕਰਦੇ ਹਾਂ, ਤੁਹਾਨੂੰ ਅਸੀਂ ਟੈਕਸ ਵੀ ਦਿੰਦੇ ਹਾਂ, ਸਾਡੀ ਮਦਦ ਕਰੋ। ਦੋ ਤਿੰਨ ਵਾਰੀ ਤਾਂ ਉਸ ਵਕੀਲ ਨੇ ਇਹ ਗੱਲ ਕਹੀ ਹੈ ਵੀ ਹੋ ਸਕਦਾ ਫਰੀ ਮਦਦ ਮਿਲ ਜਾਵੇ, ਪਰ ਜਦੋਂ ਉਹਨੇ ਵੇਖਿਆ ਵੀ ਨਹੀਂ, ਇਸ ਤਰ੍ਹਾਂ ਫਰੀ ਗੱਲ ਨਹੀਂ ਬਣਦੀ ਹੈ। ਭੀਮ ਚੰਦ ਸਭ ਸੰਗ ਵਿਚਾਰਾ, ਉਸ ਵੇਲੇ ਭੀਮ ਚੰਦ ਰਾਜਾ ਸਾਰਿਆਂ ਰਾਜਿਆਂ ਦਾ ਮੋਢੀ ਹੈ। ਪਹਾੜਾਂ ਵਿੱਚ ਰਾਜ ਕਰਨ ਵਾਲੇ 22 ਰਾਜੇ ਨੇ ਅਤੇ 22 ਰਾਜਿਆਂ ਦਾ ਜਿਹੜਾ ਵੱਡਾ ਮੁੱਖ ਰਾਜਾ ਉਹ ਭੀਮ ਚੰਦ ਹੈ। ਭੀਮ ਚੰਦ ਨੇ ਵੇਖਿਆ ਵੀ ਗੱਲ ਇਸ ਤਰ੍ਹਾਂ ਬਣਦੀ ਨਹੀਂ ਹੈ। ਦੇਵੇ ਹਿਤ ਧਨ ਸੰਚੇ ਉਚਾਰ, ਅਤੇ ਇਸ ਨੇ ਸੋਚਿਆ ਵੀ ਮੈਂ ਕਿਹੜਾ ਇਕੱਲੇ ਨੇ ਪੈਸੇ ਦੇਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਇਲਾਕਾ ਆਨੰਦਪੁਰ ਸਾਹਿਬ ਹੈ ਇਹ ਭੀਮ ਚੰਦ ਦੀ ਰਿਆਸਤ ਵਿੱਚ ਹੈ। ਭੀਮ ਚੰਦ ਨੂੰ ਡਰ ਆ ਵੀ ਸਭ ਤੋਂ ਵੱਧ ਦੁੱਖ ਮੈਨੂੰ ਦਿੰਦੇ ਮਹਾਰਾਜ, ਕਦੇ ਸ਼ਿਕਾਰ ਕਰਦੇ, ਕਦੇ ਮੇਰੇ ਸਿਪਾਹੀਆਂ ਨੂੰ ਕੁੱਟਦੇ ਮਾਰਦੇ, ਦੁਖੀ ਤਾਂ ਮੈਂ ਹਾਂ ਅਤੇ ਖਰਚਾ ਜਿਹੜਾ ਉਹ ਸਾਰਿਆਂ ਦਾ ਹੋਣਾ, ਮੈਂ ਕਿਹੜਾ ਇਕੱਲੇ ਨੇ ਕਰਨਾ। ਜੇ ਜੰਗ ਲੱਗ ਵੀ ਗਿਆ ਪੈਸੇ ਦੇਣੇ ਵੀ ਪਏ ਤਾਂ ਸਾਰੇ ਰਾਜਿਆਂ ਨੂੰ ਦੇਣੇ ਪੈਣਗੇ, ਮੈਨੂੰ ਕਿਹੜਾ ਇਕੱਲੇ ਨੂੰ ਦੇਣੇ ਪੈਣੇ। ਇਹਨੇ ਇਹ ਨੀਤੀ ਬਣਾ ਕੇ ਸਾਰੇ ਰਾਜੇ ਇਕੱਠੇ ਕੀਤੇ, ਸਾਰੇ ਰਾਜਿਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ ਹੈ ਸਭ ਤੇ ਕਰ 71 ਪਾਠ ਦੀਨ, ਅਤੇ ਸਾਰਿਆਂ ਨੂੰ ਕਹਿਣ ਲੱਗਾ ਵੀ ਆਪਾਂ ਜਿੰਨਾ ਚਿਰ ਪੈਸੇ ਨਹੀਂ ਨਾ ਦਿੰਦੇ ਸੂਬੇਦਾਰ ਨੂੰ, ਉਨ੍ਹਾਂ ਚਿਰ ਫੌਜ ਨਹੀਂ ਆਉਣੀ ਮਦਦ ਵਾਸਤੇ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਪੈਸਾ ਇਕੱਠਾ ਕਰਕੇ ਆਪਣੇ ਆਪਣੇ ਵੱਲੋਂ, ਕਿਸੇ ਨੇ 10,000, ਕਿਸੇ ਨੇ 20,000, ਜਿੰਨੇ ਦੇ ਸਕਦੇ ਸਨ, ਇਹਨਾਂ 22 ਰਾਜਿਆਂ ਨੇ ਆਪੋ ਆਪਣੇ ਪੈਸੇ ਇਕੱਠੇ ਕੀਤੇ ਹਨ। ਬੇਨਤੀ ਲਿਖੀ ਅਧਿਕ ਬਨ ਦੀਨ, ਇੱਕ ਬੰਦਾ ਹੋਰ ਭੇਜਿਆ ਮਗਰੋਂ ਪੈਸੇ ਦੇ ਕੇ ਵੀ ਜਾ ਭਾਈ ਆ 50,000 ਰੁਪਈਆ ਜਾਂ 1,00,000 ਰੁਪਈਆ ਜਿੰਨਾ ਵੀ ਉਹਨਾਂ ਨੇ ਇਕੱਠਾ ਕੀਤਾ, ਇਹ ਸਾਡੇ ਵੱਲੋਂ ਜਾ ਕੇ ਸੂਬੇਦਾਰ ਨੂੰ ਰਿਸ਼ਵਤ ਦੇ ਰੂਪ ਦੇ ਵਿੱਚ ਦੇ ਦਿਓ। ਨਾਲ ਦੁਬਾਰਾ ਫਿਰ ਇੱਕ ਚਿੱਠੀ ਲਿਖੀ ਹੈ ਕਿ ਇਹ ਸੂਬੇਦਾਰ ਸਾਹਿਬ, ਅਸੀਂ ਤਾਂ ਤੁਹਾਡੀ ਦੇਖ ਰੇਖ ਦੇ ਵਿੱਚ ਰਾਜ ਕਰਦੇ ਹਾਂ, ਜੇ ਤੁਸੀਂ ਸਾਡੀ ਹੁਣ ਸਹਾਇਤਾ ਨਹੀਂ ਕਰੋਗੇ ਤਾਂ ਸਾਡੀ ਸਹਾਇਤਾ ਕੌਣ ਕਰੇਗਾ। ਇਸ ਤਰ੍ਹਾਂ ਕਹਿ ਕੇ ਚਿੱਠੀ ਲਿਖ ਕੇ ਭੇਜੀ ਹੈ। ਜੇ ਨਹਿ ਕਰ ਹੈ ਸ਼ਾਹ ਸਹਾਇ, ਜੇ ਸਾਡੀ ਹੁਣ ਬਾਦਸ਼ਾਹ ਸਹਾਇਤਾ ਨਹੀਂ ਕਰਦਾ ਤੇ ਤੋ ਹਮ ਅਲੰਬ ਲਹਿ ਕਿਸ ਥਾਂ, ਅਸੀਂ ਫਿਰ ਆਸਰਾ ਕਿਹਦਾ ਲਵਾਂਗੇ। ਇਹਨਾਂ ਨੇ ਚਿੱਠੀ ਵਿੱਚ ਲਿਖਿਆ ਪਹਾੜੀ ਰਾਜਿਆਂ ਨੇ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਨਾਲ ਲੜਨਾ ਸਾਡੇ ਵੱਸ ਦੀ ਗੱਲ ਨਹੀਂ ਹੈ, ਪਰ ਜੇ ਹੁਣ ਤੁਸੀਂ ਸਾਡੀ ਮਦਦ ਨਹੀਂ ਕਰੋਗੇ, ਭਾਵ ਕਿ ਔਰੰਗਜ਼ੇਬ ਜੇ ਸਾਡੀ ਮਦਦ ਨਹੀਂ ਕਰੇਗਾ ਫਿਰ ਸਾਡੀ ਕੌਣ ਮਦਦ ਕਰੇਗਾ, ਅਸੀਂ ਕਿਹਦੀ ਸਹਾਇਤਾ ਲਵਾਂਗੇ, ਕਿਹਦੇ ਕੋਲ ਜਾ ਕੇ ਅਸੀਂ ਫਰਿਆਦ ਕਰਾਂਗੇ, ਕੌਣ ਸਾਡੀ ਮਦਦ ਕਰੇਗਾ ਜੇ ਤੁਸੀਂ ਨਹੀਂ ਕਰੋਗੇ। ਇਸ ਤਰ੍ਹਾਂ ਇੱਕ ਉਲਾਂਭਾ ਵੀ ਲਿਖਿਆ ਹੈ, ਸਦਾ ਆਸਰਾ ਬਡੋ ਹਮਾਰੇ, ਕਿਉਂਕਿ ਆਪ ਸਾਡਾ ਸਾਰਿਆਂ ਤੋਂ ਵੱਡਾ ਆਸਰਾ ਹੋ। ਗੁਰਮੁਖੋ ਇਹ ਪਹਾੜੀਏ ਨਾ ਪਹਿਲੇ ਦਿਨ ਤੋਂ ਦਗਾਬਾਜ਼ ਹੀ ਹੋਏ, ਜਿਹੜਾ ਭੀਮ ਚੰਦ ਅੱਜ ਕਹਿ ਰਿਹਾ ਨਾ ਔਰੰਗਜ਼ੇਬ ਨੂੰ ਵੀ ਤੁਸੀਂ ਸਾਡਾ ਆਸਰਾ ਹੋ, ਕਦੇ ਉਹ ਦਿਨ ਸੀ ਜਦੋਂ ਭੀਮ ਚੰਦ ਦੇ ਦਾਦੇ ਨੂੰ ਔਰੰਗਜ਼ੇਬ ਦੇ ਦਾਦੇ ਨੇ ਚੁੱਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ। ਔਰੰਗਜ਼ੇਬ ਦੇ ਦਾਦੇ ਦਾ ਨਾਮ ਜਹਾਂਗੀਰ ਹੈ ਅਤੇ ਭੀਮ ਚੰਦ ਦਾ ਦਾਦਾ ਜਹਾਂਗੀਰ ਨੇ ਕੈਦ ਕਰਕੇ ਅਤੇ ਗਵਾਲੀਅਰ ਦੇ ਕਿਲੇ ਵਿੱਚ ਸੁੱਟਿਆ ਸੀ। ਮੌਤ ਦੀ ਸਜ਼ਾ ਦਿੱਤੀ ਸੀ ਵੀ ਮਰੇ ਦੀਆਂ ਹੱਡੀਆਂ ਹੀ ਬਾਹਰ ਸੁੱਟਣੀਆਂ, ਜਿਉਂਦਾ ਨਹੀਂ ਬਾਹਰ ਜਾਣ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਭੀਮ ਚੰਦ ਦੇ ਦਾਦੇ ਨੂੰ ਬਾਹਰ ਕੱਢਿਆ, ਔਰੰਗਜ਼ੇਬ ਦੇ ਦਾਦੇ ਨੂੰ ਕਹਿ ਕੇ। ਤਿੰਨਾਂ ਦਾਦਿਆਂ ਨੇ ਇੱਕ ਦੂਜੇ ਦੀ ਮਦਦ ਕਰਕੇ ਜੇਲ੍ਹ ਵਿੱਚੋਂ ਬਾਹਰ ਕੱਢਿਆ। ਉਸੇ ਭੀਮ ਚੰਦ ਦਾ ਪੋਤਰਾ, ਉਸੇ ਭੀਮ ਚੰਦ ਰਾਜੇ ਦਾ ਦਾਦੇ ਨੇ ਬਾਹਰ ਕੱਢਿਆ, ਹੁਣ ਪੋਤਰਾ ਜਿਹੜਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਪੋਤਰੇ ਨਾਲ ਵੈਰ ਕਰਦਾ ਪਿਆ। ਗੁਰੂ ਹਰਗੋਬਿੰਦ ਮਹਾਰਾਜ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਤਿਗੁਰੂ ਤਾਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਉਂਦੇ, ਜ਼ਿੰਦਗੀ ਦਿੰਦੇ। ਇਹ ਐਸੇ ਆਸਾਨ ਫਰਾਮੋਸ਼ ਲੋਕ ਨੇ ਕਿ ਬਾਦਸ਼ਾਹ ਨੂੰ ਕਹਿੰਦੇ ਵੀ ਤੇਰੇ ਬਿਨਾਂ ਹੁਣ ਸਾਡਾ ਆਸਰਾ ਨਹੀਂ, ਗੁਰੂ ਗੋਬਿੰਦ ਸਿੰਘ 'ਤੇ ਹਮਲਾ ਕਰੋ, ਇਸ ਤਰ੍ਹਾਂ ਫਰਿਆਦ ਕਰਦੇ ਹਨ। ਤੁਮ ਸਮ ਸੂਬੇ ਸੁਖ ਦੇ ਉਦਾਰੇ, ਅਤੇ ਇਸ ਤਰ੍ਹਾਂ ਤੁਮ ਸਮ ਸੂਬੇ ਸੁਖ ਉਦਾਰੇ, ਤੁਹਾਡੇ ਵਰਗੇ ਸੂਬੇ ਜਿਹੜੇ ਸਾਨੂੰ ਸੁੱਖ ਦੇਣ ਵਾਲੇ ਹਨ। ਇਤਿਆਦਿਕ ਲਿਖ ਪਠੀ ਬਣਾਏ, ਇਸ ਤਰ੍ਹਾਂ ਕਹਿਣ ਲੱਗੇ ਵੀ ਚਿੱਠੀ ਇਹਨਾਂ ਨੇ ਦੁਬਾਰਾ, ਨਾਲੇ ਪੈਸੇ ਅਤੇ ਨਾਲੇ ਦੁਬਾਰਾ ਚਿੱਠੀ ਭੇਜੀ ਹੈ। ਲੱਖ ਰਜਤ ਪੁਣ ਜਮ੍ਹਾਂ ਕਰਾਏ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ 1,00,000 ਰੁਪਈਆ ਜਮ੍ਹਾਂ ਕਰਾਇਆ।
ਸੂਬੇਦਾਰ ਦੇ ਕੋਲੋਂ ਮਦਦ ਲੈਣ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਫੌਜ ਚੜ੍ਹਾਉਣੀ ਹੈ, ਮਹਾਰਾਜ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਕਤਲ ਕਰਨਾ ਜਾਂ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਣਾ ਹੈ। ਪਹਾੜੀ ਰਾਜਿਆਂ ਨੇ 1 ਲੱਖ ਰੁਪਈਆ ਆਪਣੇ ਵੱਲੋਂ ਭੇਜਿਆ ਵੀ ਆਹ ਲਓ ਜੀ ਸਾਡੇ ਵੱਲੋਂ ਇਹ ਲੈ ਲਵੋ ਅਤੇ ਸਾਡੀ ਮਦਦ ਕਰੋ। ਆਪਾਂ ਇਹ ਤਾਂ ਸਰਵਣ ਜ਼ਰੂਰ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਨੂੰ 9 ਮਹੀਨੇ ਘੇਰਾ ਪਿਆ, ਪਰ ਘੇਰਾ ਕਿਉਂ ਪਿਆ, ਘੇਰਾ ਪਵਾਇਆ ਕਿਹਨੇ, ਇਹ ਨਹੀਂ ਸਾਨੂੰ ਕਿਸੇ ਨੇ ਦੱਸਿਆ, ਨਾ ਅਸੀਂ ਕਦੇ ਸੁਣਿਆ ਹੈ। ਪਰ ਇਹ ਜਿਹੜਾ ਆਪਾਂ ਇਤਿਹਾਸ ਸਰਵਣ ਕਰਦੇ ਪਏ, ਇਹਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ, ਬਰੀਕੀ ਨਾਲ ਗੱਲਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਕਿ ਜੰਗ ਸ਼ੁਰੂ ਕਿਵੇਂ ਹੋਏ ਸਨ, ਕਾਰਨ ਕੀ ਸੀ। ਮਹਾਰਾਜ ਇਹਨਾਂ ਦੀ ਮਦਦ ਕਰਦੇ ਰਹੇ, ਗੁਰੂ ਗੋਬਿੰਦ ਸਿੰਘ ਦੇ ਨਾਲ ਪਹਿਲਾਂ ਮਿੱਤਰਤਾ ਰੱਖੀ ਇਹਨਾਂ ਨੇ, ਫਿਰ ਵੈਰ ਪਾ ਲਿਆ, ਵੈਰ ਪਾਉਣ ਤੋਂ ਮਗਰੋਂ ਫਿਰ ਪੌਂਟਾ ਸਾਹਿਬ ਦਾ ਜੰਗ ਹੋਇਆ, ਪੌਂਟਾ ਸਾਹਿਬ ਦੇ ਜੰਗ ਤੋਂ ਹਾਰ ਕੇ ਫਿਰ ਮਹਾਰਾਜ ਦੇ ਮਿੱਤਰ ਬਣ ਗਏ, ਵੇਖਿਆ ਵੀ ਇਹ ਤਗੜੇ ਨੇ, ਸਾਡੇ ਕਾਬੂ ਨਹੀਂ ਆਉਣਗੇ, ਹੁਣ ਮਹਾਰਾਜ ਦੇ ਫਿਰ ਵੈਰੀ ਬਣ ਗਏ, ਕਦੇ ਮਿੱਤਰ ਬਣਦੇ ਕਦੇ ਵੈਰੀ ਬਣ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਕਤਲ ਕਰਨ ਵਾਸਤੇ ਪਹਾੜੀ ਰਾਜਿਆਂ ਨੇ ਭੀਮ ਚੰਦ ਦੇ ਸਮੇਤ 1 ਲੱਖ ਰੁਪਈਆ ਆਪਣੇ ਰਾਜਿਆਂ ਤੋਂ ਇਕੱਠਾ ਕਰਕੇ ਅਤੇ ਦਿੱਲੀ ਭੇਜਿਆ ਵੀ ਆ ਲਓ ਜੀ ਸਾਡੇ ਵੱਲੋਂ ਪੈਸਾ ਲੈ ਲਵੋ, ਪਰ ਫੌਜ ਦੇ ਨਾਲ ਸਾਡੀ ਮਦਦ ਕਰਨਾ ਕਰੋ। ਬੈਠ ਸਭਨ ਮੈਂ ਭਨੈ ਪ੍ਰਸੰਗ, ਅਤੇ ਸਾਰਿਆਂ ਦੇ ਵਿੱਚ ਫਿਰ ਇਹ ਪ੍ਰਸੰਗ, ਇਹ ਗੱਲ ਗੁਰੂ ਗੋਬਿੰਦ ਸਿੰਘ ਦੇ ਜਿਹੜੀ ਜੋ ਵੀ ਵਾਰਤਾ ਹੈ ਉਹ ਜਾ ਕੇ ਦੱਸੀ ਹੈ। ਆਵਹਿ ਸ਼ਾਹ ਹੁਸੈਨ ਹਿਤ ਜੰਗ, ਹੁਣ ਬਾਦਸ਼ਾਹ ਆਵੇ ਫੌਜ ਲੈ ਕੇ ਸਾਡੀ ਮਦਦ ਕਰਨਾ ਕਰੇ। ਲੜਹਿ ਗੁਰੂ ਕੋ ਦੇਹ ਨਿਕਸ, ਅਸੀਂ ਵੀ ਨਾਲ ਲੜਾਂਗੇ, ਸਾਡੀ ਫੌਜ ਵੀ ਨਾਲ ਲੱਗੇਗੀ, ਔਰੰਗਜ਼ੇਬ ਦੀ ਫੌਜ ਵੀ ਨਾਲ ਮਿਲੇ, ਆਪਾਂ ਸਾਰੇ ਜਾਣੇ ਮਿਲ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਣਾ ਹੈ। ਤੂੰ ਬੈਠੇ ਪਿਖ ਲਿਹੋ ਤਮਾਸ਼ੇ, ਅਤੇ ਤੁਸੀਂ ਇਹ ਤਮਾਸ਼ਾ ਕਿਵੇਂ ਬੈਠੇ ਵੇਖਦੇ ਪਏ ਹੋ, ਆਓ ਸਾਡੀ ਮਦਦ ਕਰਨਾ ਕਰੋ। ਦੇਨੋ ਦਰਬ ਸਫਲ ਹੀ ਜਾਣੋ, ਇਹ ਸਾਡੀ ਮਾਇਆ ਦੇਣੀ ਤੇ ਸਫਲੀ ਤਾਂ ਹੀ ਹੈ ਨਾ, 1 ਲੱਖ ਰੁਪਈਆ ਉਹਨੂੰ ਭੇਜਿਆ, ਉਹ 1 ਲੱਖ ਰੁਪਈਆ ਦਿੱਤਾ ਸਫਲਾ ਤੇ ਤਾਂ ਨਾ, ਜੇ ਤੁਸੀਂ ਸਾਡੀ ਮਦਦ ਕਰੋ ਸਾਡੀ ਉਹ ਮਾਇਆ ਸਫਲ ਹੋ ਜਾਵੇਗੀ। ਨਿਤ ਕੋ ਜੰਗ ਮਿਟੈ ਹਿਤ ਠਾਨੋ, ਇਹ ਰੋਜ਼ ਮਹਾਰਾਜ ਦੇ ਨਾਲ ਸਾਡਾ ਜੰਗ ਪਿਆ ਰਹਿੰਦਾ, ਕਦੇ ਕਿਸੇ ਪਿੰਡ ਵਿੱਚ ਜੰਗ, ਕਦੇ ਕਿਸੇ ਪਿੰਡ ਵਿੱਚ ਜੰਗ, ਇਹ ਰੋਜ਼ ਰੋਜ਼ ਦਾ ਟਾਂਟਾ ਹੀ ਖਤਮ ਹੋ ਜਾਵੇ, ਰੋਜ਼ ਦਾ ਜੰਗ ਕਰਨਾ ਹੀ ਨਾ ਪਵੇ, ਇੱਕੇ ਦਿਨ ਹੀ ਮਹਾਰਾਜ ਨੂੰ ਮਲੀਆ ਮੇਟ ਕਰ ਦਈਏ, ਦੁਬਾਰਾ ਦੁਬਾਰਾ ਸਾਨੂੰ ਇਹਨਾਂ ਨਾਲ ਜੰਗ ਨਾ ਲੜਨਾ ਪਵੇ। ਇਮ ਕਹਿ ਨਿਜ ਮੈਂ ਹਰ ਕਿਉਂ ਪਾਵੇ, ਇਸ ਤਰ੍ਹਾਂ ਕਹਿ ਕੇ ਨਾ ਰਾਜੇ ਪਹਾੜੀਏ ਬੜੇ ਖੁਸ਼ ਹੁੰਦੇ ਵੀ ਹੁਣ ਆਪਾਂ 1 ਲੱਖ ਰੁਪਈਆ ਭੇਜ ਦਿੱਤਾ, ਔਰੰਗਜ਼ੇਬ ਦੀ ਫੌਜ ਆ ਜਾਣੀ ਹੈ, ਗੁਰੂ ਗੋਬਿੰਦ ਸਿੰਘ ਨੂੰ ਆਪਾਂ ਮਿਟਾ ਦੇਣਾ ਹੈ, ਫਿਰ ਆਪਾਂ ਖੁਸ਼ੀ ਦੇ ਨਾਲ ਰਵਾਂਗੇ, ਇਸ ਤਰ੍ਹਾਂ ਮਿਲ ਕੇ ਬੜੇ ਖੁਸ਼ ਹੁੰਦੇ ਹਨ। ਕਰਹਿ ਪ੍ਰਤੀਖਨ ਦਲ ਕਬ ਆਵੇ, ਤੇ ਉਡੀਕਦੇ ਪਏ ਵੀ ਹੁਣ ਫੌਜ ਆਵੇਗੀ, ਅੱਜ ਆ ਜਾਵੇਗੀ, ਅੱਜ ਆ ਜਾਵੇਗੀ, ਰੋਜ਼ ਉਡੀਕਦੇ ਵੀ 1 ਲੱਖ ਰੁਪਈਆ ਭੇਜਿਆ, ਹੁਣ ਤਾਂ ਫੌਜ ਜ਼ਰੂਰ ਆਵੇਗੀ ਨਾ ਸਾਡੀ ਮਦਦ ਵਾਸਤੇ, ਉੱਚੀਆਂ ਉੱਚੀਆਂ ਥਾਵਾਂ 'ਤੇ ਚੜ੍ਹ ਕੇ ਵੇਖਦੇ ਪਹਾੜਾਂ ਦੀਆਂ ਚੋਟੀਆਂ 'ਤੇ ਵੀ ਫੌਜ ਅਜੇ ਪਹੁੰਚੀ ਨਹੀਂ, ਫੌਜ ਅਜੇ ਆਈ ਨਹੀਂ ਹੈ, ਰੋਜ਼ ਫੌਜ ਦੀ ਉਡੀਕ ਕਰਦੇ ਹਨ। ਦਿੱਲੀ ਮੈਂ ਪਹੁੰਚਿਓ ਧਨ ਜਾਏ, ਕਿਉਂਕਿ ਸਾਡੀ ਮਾਇਆ ਦਿੱਲੀ ਪਹੁੰਚ ਗਈ, 1 ਲੱਖ ਰੁਪਈਆ ਦਿੱਲੀ ਚਲਾ ਗਿਆ ਹੈ। ਸੂਬੇ ਪਾਸ ਦੀ ਉਹ ਸਮੁੰਦਾਏ, ਉਹ ਜਿਹੜਾ 1 ਲੱਖ ਰੁਪਈਆ ਸੀ ਵਕੀਲ ਨੇ ਸਾਰਾ ਸੂਬੇਦਾਰ ਨੂੰ ਦੇ ਦਿੱਤਾ। ਕਰ ਲਾਲਚ ਤਿੰਨ ਸਗਰੋਂ ਲੀਨ, ਹੁਣ ਸੂਬੇਦਾਰ ਵੀ ਲਾਲਚੀ ਹੈ, ਗੁਰਮੁਖੋ ਭਾਵੇਂ ਜ਼ਮਾਨਾ ਅੱਜ ਦਾ ਅਤੇ ਭਾਵੇਂ ਕੱਲ੍ਹ ਦਾ, ਮਾਇਆ ਦਾ ਲਾਲਚ ਤਾਂ ਸ਼ੁਰੂ ਤੋਂ ਹੀ ਰਿਹਾ ਹੈ, ਇਹ ਨਹੀਂ ਵੀ ਪਹਿਲੇ ਲੋਕ ਮਾਇਆ ਦੇ ਲਾਲਚ ਤੋਂ ਬਚੇ ਸਨ, ਲਾਲਚ ਪਹਿਲੇ ਯੁੱਗਾਂ ਦੇ ਵਿੱਚ ਵੀ ਸੀ, ਅੱਜ ਵੀ ਹੈ। ਦੁਆਪਰ ਯੁੱਗ ਦੇ ਵਿੱਚ ਕੌਰਵ ਪਾਂਡਵ ਜੂਆ ਖੇਡਦੇ ਅਤੇ ਪਾਂਡਵ ਸਾਰਾ ਰਾਜ ਭਾਗ ਧਨ ਮਾਇਆ ਖਜ਼ਾਨੇ ਸਭ ਹਾਰ ਗਏ ਅਤੇ ਭਗਵਾਨ ਕ੍ਰਿਸ਼ਨ ਜੀ ਵਿਚੋਲੇ ਬਣ ਗਏ, ਕਹਿਣ ਲੱਗੇ ਵੀ ਚਲੋ ਇਹ ਹਾਰ ਗਏ ਨੇ, ਗਲਤੀ ਇਹਨਾਂ ਦੀ ਹੈ, ਫਿਰ ਵੀ ਇਹ ਤੁਹਾਡੇ ਭਰਾ ਲੱਗਦੇ ਨੇ, 14 ਪਿੰਡ ਲਿਖ ਕੇ ਦੇ ਦਿਓ, ਐਡੇ ਵੱਡੇ ਹਿੰਦੁਸਤਾਨ ਦੇ ਰਾਜ ਵਿੱਚੋਂ ਕੇਵਲ 14 ਪਿੰਡ ਕੁਝ ਵੀ ਨਹੀਂ ਹੈ। ਪਰ ਉਦੋਂ ਕਿਹੜਾ ਲਾਲਚ ਨਹੀਂ ਸੀ, ਉਹ ਕਹਿਣ ਲੱਗੇ 14 ਪਿੰਡ ਫਰੀ ਕਿਵੇਂ ਦਈਏ, 14 ਪਿੰਡ ਫਰੀ ਥੋੜ੍ਹੀ ਮਿਲਣਗੇ, ਅਸੀਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਵਾਂਗੇ, 14 ਪਿੰਡ ਤਾਂ ਦੂਰ ਦੀ ਗੱਲ ਹੈ। ਆਪਾਂ ਅੱਜ ਕਹਿੰਦੇ ਨਾ ਸ਼ਰੀਕਾ ਬੜਾ ਮਾੜਾ ਹੈ, ਗੁਆਂਢੀ ਬੜਾ ਮਾੜਾ ਹੈ, ਅੱਜ ਬੜੇ ਲੋਕ ਲਾਲਚੀ, ਅਤੇ ਕੌਰਵ ਅਤੇ ਪਾਂਡਵ ਜੀ ਤਾਂ ਆਪਸ ਸ਼ਰੀਕ ਹੀ ਹੋਏ ਨਾ ਇੱਕ ਦੂਜੇ ਦੇ, ਉਹ ਕਿਹੜਾ ਚੰਗੇ ਸੀ, ਉਹਨਾਂ ਵੀ ਇੱਕ ਦੂਜੇ ਦੀ ਕੋਈ ਮਦਦ ਨਹੀਂ ਕੀਤੀ, ਆਪਸ ਵਿੱਚ ਹੀ ਲੜੇ, ਸ਼ਰੀਕਾ ਹੀ ਲੜਿਆ ਆਪਸ ਵਿੱਚ, ਮਰ ਖੱਪ ਗਏ। ਕਹਿਣ ਤੋਂ ਭਾਵ ਇਹ ਹੈ ਵੀ ਦੁਨੀਆ ਉਦੋਂ ਵੀ ਲਾਲਚ ਵਾਲੀ ਹੈ, ਦੁਨੀਆ ਅੱਜ ਵੀ ਲਾਲਚ ਵਾਲੀ ਹੈ,
ਹੁਣ ਸੂਬੇਦਾਰ ਨੂੰ ਲੱਖ ਰੁਪਈਆ ਮਿਲਿਆ, ਉਹਨਾਂ ਸਮਿਆਂ ਵਿੱਚ ਗੁਰਮੁਖੋ ਲੱਖ ਰੁਪਈਆ ਅੱਜ ਦੇ ਆਪਾਂ ਕਰੋੜਾਂ ਤੋਂ ਵੀ ਉੱਪਰ ਹੀ ਗਿਣ ਲਈਏ, ਵੀ ਐਡੀ ਵੱਡੀ ਰਕਮ ਮਿਲੀ ਅਤੇ ਉਹ ਲਾਲਚ ਕਿਵੇਂ ਨਹੀਂ ਕਰੇਗਾ। ਉਹਨੇ ਆਖਿਆ ਇਹ ਕਿਹੜੀ ਵੱਡੀ ਗੱਲ ਹੈ, ਲੱਖ ਰੁਪਈਆ ਚੱਕ ਕੇ ਉਹਨੇ ਜੇਬ 'ਚ ਪਾਇਆ ਵੀ ਚਲੋ ਇਹ ਤਾਂ ਮੈਨੂੰ ਪੱਕਾ। ਹੁਣ ਔਰੰਗਜ਼ੇਬ ਤਾਂ ਦੱਖਣ ਵਿੱਚ ਰਹਿੰਦਾ, ਉਹਨੂੰ ਕੀ ਕਿਹੜਾ ਪਤਾ ਲੱਗਣਾ ਵੀ ਮੈਂ ਦਿੱਲੀਓਂ ਫੌਜ ਭੇਜੀ ਹੈ, ਮੈਂ ਚੁੱਪ ਕਰਕੇ ਫੌਜ ਭੇਜ ਦਿੰਦਾ, ਫੌਜ ਲੜ ਕੇ ਮਹਾਰਾਜ ਨੂੰ ਮਾਰ ਕੇ ਤਾਂ ਵਾਪਸ ਆ ਜਾਏਗੀ, ਲੱਖ ਰੁਪਈਆ ਮੈਨੂੰ ਪੱਕਾ ਹੋ ਜਾਣਾ। ਜਿਹੜਾ ਦਿੱਲੀ ਦਾ ਸੂਬੇਦਾਰ ਹੈ ਲਾਲਚ ਵਿੱਚ ਆ ਗਿਆ ਹੈ, ਸੈਨਾ ਪਠਨ ਮਨੋਰਥ ਕੀਨ, ਉਸਨੇ ਇਹ ਮਨੋਰਥ ਕਰ ਲਿਆ, ਕਹਿਣ ਲੱਗਾ ਠੀਕ ਹੈ ਭਾਈ ਮੈਂ ਤੁਹਾਡੀ ਮਦਦ ਵਾਸਤੇ ਫੌਜ ਭੇਜ ਦਿੰਦਾ ਹਾਂ। ਦੀਨਾ ਬੇਗ ਮੁਗਲ ਅਹੰਕਾਰੀ, ਦੀਨਾ ਬੇਗ ਨਾਮ ਦਾ ਮੁਗਲ ਜਰਨੈਲ ਸੀ, ਇਹ ਜਰਨੈਲ ਦਾ ਨਾਮ ਹੈ, ਦੀਨਾ ਬੇਗ ਹੈ ਮੁਗਲ ਮੁਸਲਮਾਨ ਹੈ, ਇਹਦੇ ਮਨ ਵਿੱਚ ਬੜਾ ਮਾਣ ਸੀ ਵੀ ਮੇਰੇ ਵਰਗਾ ਕੋਈ ਨਹੀਂ ਹੈ। ਦੁਨੀਆ ਵਿੱਚ ਕੁਝ ਐਸੇ ਲੋਕ ਹੁੰਦੇ ਉਹਨਾਂ ਨੂੰ ਮਾਣ ਹੁੰਦਾ ਵੀ ਮੈਂ ਹੀ ਦੁਨੀਆ 'ਤੇ ਆਇਆ, ਮੇਰੇ ਵਰਗਾ ਤਾਂ ਆਇਆ ਹੀ ਕੋਈ ਨਹੀਂ। ਇਹ ਦੀਨਾ ਬੇਗ ਵੀ ਕੁਝ ਇਸੇ ਤਰ੍ਹਾਂ ਦਾ ਹੀ, ਇਹਨੂੰ ਇਹ ਲੱਗਦਾ ਵੀ ਮੇਰੇ ਵਰਗਾ ਹੈ ਨਹੀਂ, ਮੈਂ ਹੀ ਸਭ ਤੋਂ ਚੰਗਾ ਅਕਲ ਵਾਲਾ ਜਾਂ ਸੋਹਣਾ ਸੁਨੱਖਾ ਹਾਂ। ਕਹਿਣ ਲੱਗੇ ਦੀਨਾ ਬੇਗ ਬੜਾ ਹੰਕਾਰੀ ਹੈ, ਮਨਸਬ ਜਿਸ ਕੋ ਪੰਜ ਹਜ਼ਾਰੀ, ਅਤੇ ਪੰਜ ਹਜ਼ਾਰੀ ਦਾ ਮਨਸਬ ਕਹੀਏ ਮਰਾਤਬਾ ਇਸ ਨੂੰ ਮਿਲਿਆ, ਪੰਜ ਹਜ਼ਾਰੀ ਇਸ ਨੂੰ ਕਹਿੰਦੇ ਹਨ, ਸਹਿ ਬੁਲਾਏ ਕੀਨ ਸਨਮਾਨਾ, ਉਸਨੂੰ ਬੁਲਾ ਕੇ ਦੀਨਾ ਬੇਗ ਨੂੰ ਇਹ ਸੂਬੇਦਾਰ ਨੇ ਬੜਾ ਸਨਮਾਨਿਆ ਹੈ। ਸ਼ਸਤਰ ਬਸਤਰ ਦੇ ਕਾਜ ਬਖਾਨਾ, ਕੁਝ ਆਪਣੇ ਕੋਲੋਂ ਸ਼ਸਤਰ ਦਿੱਤੇ, ਕੁਝ ਆਪਣੇ ਕੋਲੋਂ ਸੋਹਣੇ ਬਸਤਰ ਕੱਪੜੇ ਦੇ ਕੇ, ਅਤੇ ਫਿਰ ਆਖਿਆ ਹੈ ਕਹਿਲੂਰ ਕੀ ਦੂਣ ਸਿਧਾਰੋ, ਆਖਿਆ ਕਹਿਣ ਲੱਗਾ ਦੀਨਾ ਬੇਗ ਇੱਕ ਕਹਿਲੂਰ ਨਾਮ ਦੀ ਰਿਆਸਤ ਹੈ ਪਹਾੜਾਂ ਦੇ ਵਿੱਚ, ਕਹਿਲੂਰ ਰਿਆਸਤ ਭੀਮ ਚੰਦ ਰਾਜੇ ਦੀ ਹੈ, ਅਨੰਦਪੁਰ ਸਾਹਿਬ ਦੇ ਨਾਲ ਇਹ ਰਿਆਸਤ ਮਿਲਦੀ ਆ ਕੇ, ਇਹ ਕਹਿ ਰਿਹਾ ਹੈ ਦਿੱਲੀ ਦਾ ਸੂਬੇਦਾਰ ਦੀਨਾ ਬੇਗ ਨੂੰ ਕਿ ਦੀਨਾ ਬੇਗ ਜਿਹੜੀ ਕਹਿਲੂਰ ਰਿਆਸਤ ਹੈ ਭਾਵ ਕਿ ਜਿਹੜਾ ਭੀਮ ਚੰਦ ਦਾ ਰਾਜ ਹੈ, ਤਾਂ ਰਾਜਨ ਕੋ ਕਾਜ ਸੁਧਾਰੋ, ਜਾਓ ਕੁਝ ਫੌਜ ਲੈ ਕੇ ਜਾਓ ਅਤੇ ਉੱਥੇ ਰਾਜਿਆਂ ਦੀ ਜਾ ਕੇ ਮਦਦ ਕਰਨਾ ਕਰੋ। ਪੁਸ਼ਕ ਸੈਨ ਸ਼੍ਰੀ ਗੁਰੂ ਹਜ਼ੂਰ, ਇਹਨੂੰ ਦੱਸਿਆ ਗਿਆ ਸੀ ਵੀ ਮਹਾਰਾਜ ਦੇ ਕੋਲ ਥੋੜ੍ਹੀ ਜਿਹੀ ਫੌਜ ਹੈ, ਪਰ ਐਡਾ ਮੂਰਖ ਇਹ ਸੂਬੇਦਾਰ ਹੈ, ਇਹਨੂੰ ਇਹ ਨਹੀਂ ਪਤਾ ਲੱਗਾ ਵੀ ਜਿਹੜੇ 22 ਰਾਜੇ ਨਹੀਂ ਜਿਸ ਗੁਰੂ ਨੂੰ ਦਬਾ ਸਕੇ ਉਹਦੇ ਕੋਲ ਫੌਜ ਥੋੜ੍ਹੀ ਥੋੜ੍ਹੀ ਹੋਵੇਗੀ। ਇੱਕ ਪਾਸੇ 22 ਰਾਜੇ ਨੇ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਇਕੱਲੇ ਨੇ, ਸੂਬੇਦਾਰ ਦੇ ਮਨ ਵਿੱਚ ਇਹ ਨਹੀਂ ਵਿਚਾਰ ਆਈ ਵੀ ਜੇ 22 ਰਾਜਿਆਂ ਤੋਂ ਜਿਹੜਾ ਗੁਰੂ ਨਹੀਂ ਆ ਰਿਹਾ ਉਹ ਮੇਰੇ ਇੱਕ ਜਰਨੈਲ ਤੋਂ ਕਿੱਥੋਂ ਆ ਰਹੇਗਾ, ਨਹੀਂ ਇਹ ਦਿਮਾਗ ਵਿੱਚ ਗੱਲ ਨਹੀਂ ਹੈ। ਆਪਣੇ ਜਰਨੈਲ ਨੂੰ ਕਹਿਣ ਲੱਗਾ ਵੀ ਮਹਾਰਾਜ ਦੇ ਕੋਲ ਥੋੜ੍ਹੀ ਜਿਹੀ ਫੌਜ ਹੈ ਅਤੇ ਤੂੰ ਜਾ ਫੌਜ ਲੈ ਕੇ ਅਤੇ ਮਹਾਰਾਜ ਨੂੰ ਉੱਥੋਂ ਕੱਢਣਾ ਕਰ, ਆਏ ਰੱਖਿਓ ਤਿਸ ਦੇਸ਼ ਫਤੂਰ, ਅਤੇ ਮਹਾਰਾਜ ਨੇ ਉਸ ਦੇਸ਼ ਵਿੱਚ ਬੜਾ ਫਤੂਰ ਮਚਾਇਆ, ਆਪਾਂ ਕਹਿ ਲਈਏ ਵੀ ਗਦਰ ਮਚਾਇਆ। ਪਹਾੜੀ ਰਾਜਿਆਂ ਨੇ ਕੋਈ ਚਿੱਠੀਆਂ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਦਮਾਸ਼ੀ ਕਰਦੇ ਨੇ, ਕੁੰਡਿਆਂ ਵਾਲਾ ਕੰਮ ਕਰਦੇ, ਵੀ ਲੋਕਾਂ ਨੂੰ ਲੁੱਟਦੇ ਮਾਰਦੇ ਕੁੱਟਦੇ, ਇਹ ਤਾਂ ਦੱਸਿਆ ਨਹੀਂ ਵੀ ਸਾਡੀਆਂ ਕੀ ਕਰਤੂਤਾਂ, ਪਰ ਮਹਾਰਾਜ ਨੂੰ ਇਸ ਤਰ੍ਹਾਂ ਲਿਖ ਕੇ ਉਹਨਾਂ ਨੇ ਭੇਜਿਆ ਚਿੱਠੀ ਵਿੱਚ ਵੀ ਜਿਵੇਂ ਮਹਾਰਾਜ ਲੋਕਾਂ ਦੇ ਘਰਾਂ ਵਿੱਚ ਜਾ ਕੇ ਗੱਲ ਪੈਂਦੇ ਹੋਣ। ਇਹ ਸੂਬੇਦਾਰ ਕਹਿ ਰਿਹਾ, ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਫਤੂਰ ਮਚਾਇਆ ਹੋਇਆ ਹੈ, ਹਜ਼ਰਤ ਕੋ ਆਇਓ ਪਰਵਾਨਾ, ਪਾਤਸ਼ਾਹ ਦਾ ਪਰਵਾਨਾ ਚਿੱਠੀ ਆਈ ਹੈ, ਕਰੋ ਪ੍ਰਾਤ ਕੋ ਤਾਹੇ ਪ੍ਰਸਥਾਨ, ਸਵੇਰੇ ਹੀ ਚੱਲ ਪਓ। ਹੁਣ ਸੂਬੇਦਾਰ ਨੇ ਵੀ ਅੱਗੇ ਜਰਨੈਲ ਨੂੰ ਝੂਠ ਹੀ ਬੋਲਿਆ, ਕਹਿਣ ਲੱਗਾ ਵੀ ਔਰੰਗਜ਼ੇਬ ਦਾ ਹੁਕਮ ਆਇਆ, ਔਰੰਗਜ਼ੇਬ ਨੂੰ ਤਾਂ ਪਤਾ ਵੀ ਨਹੀਂ, ਲੱਖ ਰੁਪਈਆ ਤਾਂ ਤੂੰ ਜੇਬ 'ਚ ਪਾਇਆ ਹੈ, ਲੱਖ ਰੁਪਈਆ ਆਪਣੀ ਜੇਬ 'ਚ ਪਾ ਕੇ ਇੱਕ ਵੱਡਾ ਜਰਨੈਲ ਸੂਬੇਦਾਰ ਇਹ ਗੱਲ ਕਹਿ ਰਿਹਾ ਹੈ ਆਪਣੇ ਛੋਟੇ ਜਰਨੈਲ ਨੂੰ ਵੀ ਔਰੰਗਜ਼ੇਬ ਦਾ ਹੁਕਮ ਆਇਆ ਜਾਓ ਫੌਜ ਲੈ ਕੇ ਜਾਣਾ ਕਰੋ। ਦੂਸਰ ਪੈਂਡੇ ਖਾਨ ਉਮਰਾਏ, ਅਤੇ ਦੂਸਰਾ ਹੈ ਗੁਰਮੁਖੋ ਪੈਂਦੇ ਖਾਨ, ਇੱਕ ਪੈਂਡੇ ਪੈਂਦੇ ਖਾਨ ਹੋਇਆ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ, ਉਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਾਰਿਆ ਸੀ ਜੰਗ ਮੈਦਾਨ ਦੇ ਵਿੱਚ, ਨਾਮ ਹੈ ਪੈਂਡੇ ਖਾਨ, ਨਾਮ ਹੈ ਪੈਂਦੇ ਖਾਨ, ਇੱਕ ਦਸਵੇਂ ਪਾਤਸ਼ਾਹ ਦੇ ਸਮੇਂ ਹੋਇਆ, ਇਹਦਾ ਨਾਮ ਹੈ ਪੈਂਡੇ ਖਾਨ, ਉਹ ਪੈਂਦੇ ਖਾਨ ਸੀ, ਇਹ ਪੈਂਡੇ ਖਾਨ ਹੈ। ਇਹ ਦਿੱਲੀ ਦਾ ਸੂਬੇਦਾਰ ਕਹਿਣ ਲੱਗਾ ਵੀ ਆਹ ਜਿਹੜਾ ਪੈਂਡੇ ਖਾਨ ਨਾਮ ਦਾ ਇੱਕ ਪਠਾਨ ਹੈ ਇਹਨੂੰ ਵੀ ਨਾਲ ਲੈ ਕੇ ਜਾਣਾ ਕਰ, ਇਸ ਕੋ ਤਿਮ ਹੀ ਨਿਕਟ ਬੁਲਾਏ, ਉਹਨੂੰ ਵੀ ਆਪਣੇ ਕੋਲ ਬੁਲਾ ਲਿਆ ਹੈ, ਤਹਿ ਸਮ ਇਹ ਵੀ ਪੰਜ ਹਜ਼ਾਰੀ, ਇਹ ਵੀ ਪੰਜ ਹਜ਼ਾਰੀ ਹੈ, ਪੰਜ ਹਜ਼ਾਰੀ ਦੀਨਾ ਬੇਗ ਹੈ, ਪੰਜ ਹਜ਼ਾਰੀ ਪੈਂਡੇ ਖਾਨ ਹੈ, ਦੋਨਾਂ ਕੋਲ ਪੰਜ ਪੰਜ ਹਜ਼ਾਰ ਦੀ ਗਿਣਤੀ 'ਚ ਫੌਜ ਹੈ, 10,000 ਦੀ ਗਿਣਤੀ ਦੀ ਫੌਜ ਇਹਨਾਂ ਦੋਨਾਂ ਦੀ ਹੈ। ਸਾਦਰ ਚੜ੍ਹਵੇ ਹਿਤ ਉਚਾਰੀ, ਇਹਨਾਂ ਦੋਨਾਂ ਨੂੰ ਆਖਿਆ ਵੀ ਜਾਓ ਭਾਈ ਫੌਜ ਲੈ ਕੇ
ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰੋ, ਸ਼ਾਹੋ ਤਰਫ 'ਤੇ ਬਖਸ਼ਿਸ਼ ਕਰੀ ਅਤੇ ਬਾਦਸ਼ਾਹ ਦੇ ਵੱਲੋਂ ਤੁਹਾਨੂੰ ਬਹੁਤ ਜ਼ਿਆਦੀਆਂ ਬਖਸ਼ਿਸ਼ਾਂ ਮਿਲਣਗੀਆਂ ਜਦੋਂ ਜੰਗ ਜਿੱਤ ਕੇ ਆਓਗੇ। ਹੁਣ ਜੰਗ ਜਿੱਤ ਕੇ ਆਉਣਾ ਹੈ ਕਿ ਨਹੀਂ ਆਉਣਾ, ਇਹ ਤਾਂ ਗੱਲ ਬਾਅਦ ਦੀ ਹੈ, ਪਰ ਜੇ ਤੁਸੀਂ ਜਿਉਂਦੇ ਮੁੜ ਆਏ ਤਾਂ ਬਾਦਸ਼ਾਹ ਤੁਹਾਨੂੰ ਬਹੁਤ ਇਨਾਮ ਦੇਣਾ ਕਰੇਗਾ। ਦੋਨੋਂ ਤਿਆਰ ਭਏ ਬਿਦ ਖਰੀ, ਕਹਿਣ ਲੱਗੇ ਵੀ ਇਹ ਦੋਨੇ ਜਰਨੈਲ ਇੱਕ ਪੈਂਡੇ ਖਾਨ ਅਤੇ ਦੀਨਾ ਬੇਗ ਦੋਨੇ ਜਾਣੇ ਫਿਰ ਤਿਆਰ ਹੋ ਗਏ। ਗੁਲਕਾਂ ਬਹੁਤ ਬਰੂਦ ਵਰਤਾਈ, ਇਹਨਾਂ ਨੇ ਆਖਿਆ ਵੀ ਸਾਨੂੰ ਗੋਲੀਆਂ ਵੀ ਚਾਹੀਦੀਆਂ ਨੇ, ਚਲਾਉਣ ਵਾਸਤੇ ਬਰੂਦ ਵੀ ਚਾਹੀਦਾ ਹੈ। ਦਿੱਲੀ ਦਾ ਸੂਬੇਦਾਰ ਕਹਿਣ ਲੱਗਾ ਵੀ ਜਿੰਨੀਆਂ ਗੋਲੀਆਂ ਚਾਹੀਦੀਆਂ ਲੈ ਲਓ ਅਤੇ ਜਿੰਨਾ ਬਰੂਦ ਚਾਹੀਦਾ ਲੈ ਕੇ ਮਹਾਰਾਜ ਦੇ ਨਾਲ ਜੰਗ ਕਰਨਾ ਕਰੋ। 10,000 ਐਮ ਫੌਜ ਸਜਾਈ, ਇਸ ਤਰ੍ਹਾਂ 10,000 ਦੀ ਗਿਣਤੀ ਵਿੱਚ ਫੌਜ ਚੱਲ ਪਈ ਹੈ। ਗੁਰਮੁਖੋ, ਇਹ 10,000 ਦੀ ਗਿਣਤੀ ਦੀ ਫੌਜ ਦੀ ਵੱਸ ਦੀ ਗੱਲ ਥੋੜ੍ਹੀ ਹੈ, ਇੱਥੇ ਤਾਂ 10,00,000 ਫੌਜ ਦਾ ਨਹੀਂ ਜ਼ੋਰ ਚੱਲਣਾ ਜਦੋਂ ਮਹਾਰਾਜ ਜੀਆਂ ਨੇ ਕਰਤੱਬ ਦਿਖਾਏ। ਪਰ ਇਹ ਪਹਿਲੀ ਵਾਰ ਮੁਗਲਾਂ ਦੇ ਨਾਲ ਜੰਗ ਹੋਣਾ, ਪਹਿਲਾਂ ਤਾਂ ਪਹਾੜੀਆਂ ਨਾਲ ਹੀ ਜੰਗ ਹੁੰਦੇ ਰਹੇ। 10,000 ਦੀ ਗਿਣਤੀ ਦੀ ਫੌਜ ਦਿੱਲੀਓਂ ਭੇਜੀ ਗਈ ਹੈ। ਕਰਿਓ ਕੂਚ ਦਿੱਲੀ ਪੁਰਸ਼ੋਰਾ, ਇਹ ਫੌਜ ਚੱਲ ਪਈ ਦਿੱਲੀਓਂ ਤੇ ਰਸਤੇ ਤੇ ਤੁਰੀ ਆਉਂਦੀ। ਮਗ ਕਹਿਲੂਰ ਦੂਨ ਕੀ ਓਰਾ, ਚੱਲਦਿਆਂ ਚੱਲਦਿਆਂ ਕਹਿਲੂਰ ਜਿਹੜੀ ਰਿਆਸਤ ਹੈ, ਜਾਂ ਕਹਿ ਲਈਏ ਜਿੱਥੇ ਅਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ ਹੈ, ਇਸ ਪਾਸੇ ਨੂੰ ਫੌਜ ਚੱਲ ਪਈ ਹੈ। ਦੁੰਦਬ ਬਾਜਤ ਚਲੇ ਹੈ ਅਗਾਰੇ, ਕਈ ਤਰ੍ਹਾਂ ਦੇ ਨਗਾਰੇ ਵੱਜਦੇ ਪਏ ਹਨ। ਛੁੱਟੇ ਨਿਸ਼ਾਨਨ ਫਰਰੇ ਭਾਰੀ, ਅੱਗੇ ਇਹਨਾਂ ਨੇ ਨਿਸ਼ਾਨ ਜਿਹੜੇ ਨੇ ਉਹ ਚੁੱਕੇ ਹੋਏ ਅਤੇ ਨਿਸ਼ਾਨਿਆਂ ਦੇ ਫਰੜੇ ਜਿਹੜੇ ਨੇ ਝੰਡੇ, ਉਹ ਬੜੇ ਹਵਾ ਦੇ ਵਿੱਚ ਝੂਲਦੇ ਪਏ ਹਨ। ਦੁਵੈ ਉਮਰਾਵ ਵੀਰ ਹੰਕਾਰੀ, ਹੁਣ ਇਹ ਦੋਨੇ ਹੀ ਹੰਕਾਰੀ ਨੇ। ਹੰਕਾਰੀ ਬੰਦਾ ਮਰਦਾ ਹੀ ਹੈ ਆਪਣੇ ਹੰਕਾਰ ਕਰਕੇ ਹੈ। ਜਦੋਂ ਬੰਦੇ ਨੂੰ ਹੰਕਾਰ ਹੋ ਗਿਆ ਨਾ, ਸਮਝ ਲਓ ਵੀ ਇਹਦਾ ਹੁਣ ਦੀਵਾ ਗੁੱਲ ਹੋਣ ਵਾਲਾ ਹੀ ਹੈ। ਦੋਨਾਂ ਨੂੰ ਹੰਕਾਰ ਹੈ, ਦੀਨਾ ਬੇਗ ਨੂੰ ਇਹ ਹੰਕਾਰ ਹੈ ਵੀ ਮੇਰੇ ਵਰਗਾ ਕੋਈ ਨਹੀਂ, ਅਤੇ ਪੈਂਡੇ ਖਾਨ ਨੂੰ ਇਹ ਹੰਕਾਰ ਹੈ ਵੀ ਮੇਰੇ ਵਰਗਾ ਕੋਈ ਨਹੀਂ, ਅਸੀਂ ਦੁਨੀਆਂ 'ਤੇ ਦੋ ਜਾਣੇ ਆਏ ਹਾਂ, ਬਾਕੀ ਤਾਂ ਦੁਨੀਆ ਐਵੇਂ ਤੁਰੀ ਫਿਰਦੀ ਹੈ। ਦੋਨੇ ਜਾਣੇ ਹੰਕਾਰ ਦੇ ਭਰੇ ਹੋਏ ਤੁਰੇ ਆਉਂਦੇ ਹਨ। ਵਿਦਿਆ ਅਧਕ ਖਤੰਗ ਪ੍ਰਹਾਰੀ, ਕਿਉਂਕਿ ਇਹਨਾਂ ਦੇ ਮਨ ਵਿੱਚ ਇਹ ਗੱਲ ਹੈ ਵੀ ਸਾਡੇ ਕੋਲ ਤੀਰ ਚਲਾਉਣ ਦੀ ਬੜੀ ਵਿੱਦਿਆ ਹੈ। ਜਿਹੜਾ ਪੈਂਡੇ ਖਾਨ ਹੈ ਨਾ, ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੰਗਾਰਿਆ ਵੀ ਸੀ ਕਿ ਮੇਰੇ ਤੀਰਾਂ ਦਾ ਸਾਹਮਣਾ ਕਰਕੇ ਵਿਖਾਓ। ਇਹਨੇ ਮਹਾਰਾਜ ਦੇ ਉੱਪਰ ਤੀਰ ਚਲਾਏ ਵੀ ਸਨ, ਪਰ ਇਹਦਾ ਤੀਰ 'ਤੇ ਕੋਈ ਨਹੀਂ ਲੱਗਿਆ। ਮੁੜ ਕੇ ਮਹਾਰਾਜ ਨੂੰ ਕਹਿਣ ਲੱਗਾ ਤੁਸੀਂ ਮੇਰੇ 'ਤੇ ਤੀਰ ਚਲਾਓ। ਇਹਨੇ ਆਪਣਾ ਸਾਰਾ ਸਰੀਰ ਲੋਹੇ ਦੇ ਨਾਲ ਢੱਕ ਲਿਆ, ਸਾਰੇ ਸਰੀਰ 'ਤੇ ਲੋਹਾ ਹੀ ਲੋਹਾ ਪਾ ਲਿਆ, ਅਤੇ ਦੂਜਿਆਂ ਨੂੰ ਆਖਦਾ ਇਹਨਾਂ ਦਾ ਤੀਰ ਮੈਨੂੰ ਕਿੱਥੇ ਵੱਜੇਗਾ, ਮੈਂ ਤਾਂ ਲੋਹਾ ਪਾ ਕੇ ਬੈਠਾ। ਜਦੋਂ ਇਹ ਗੱਲ ਕਹਿਣ ਵਾਸਤੇ ਨੇ ਧੌਣ ਮੋੜੀ ਨਾ ਆਪਣੇ ਦੂਜੇ ਜਰਨੈਲ ਦੇ ਵੱਲ, ਦੱਸਣ ਵਾਸਤੇ ਵੀ ਮੈਂ ਤਾਂ ਲੋਹਾ ਹੀ ਪਹਿਨਿਆ, ਤੀਰ ਕਿੱਥੇ ਵੱਜੇਗਾ। ਗੁਰੂ ਗੋਬਿੰਦ ਸਿੰਘ ਦੀ ਨਿਗਾਹ ਦੇ ਕੰਨ ਦੇ ਉੱਪਰ ਪਈ, ਕੰਨ ਨੰਗਾ ਸੀ। ਮਹਾਰਾਜ ਨੇ ਖਿੱਚ ਕੇ ਤੀਰ ਮਾਰਿਆ, ਇੱਕ ਕੰਨ ਵਿੱਚੋਂ ਵੱਜਿਆ ਅਤੇ ਦੂਜੇ ਵਿੱਚੋਂ ਬਾਹਰ ਨਿਕਲ ਗਿਆ। ਵਾਹਿਗੁਰੂ, ਅਤੇ ਪੈਂਡੇ ਖਾਨ ਡੰਮ ਕਰਕੇ ਧਰਤੀ 'ਤੇ ਡਿੱਗਿਆ। ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ। ਆਪਣੇ ਘਰ ਦੇ ਵਿੱਚ ਤਾਂ ਹਰੇਕ ਹੀ ਆਖਦਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਹੀ ਬਹਾਦਰ ਹਾਂ, ਮੈਂ ਹੀ ਸੂਰਮਾ ਹਾਂ। ਪਰ ਪਤਾ ਉਦੋਂ ਲੱਗਦਾ ਜਦੋਂ ਸਾਹਮਣੇ ਕਿਸੇ ਨਾਲ ਮੱਥਾ ਲੱਗੇ, ਜਦੋਂ ਗੁਰੂ ਨੂੰ ਗੁਰੂ ਟੱਕਰੇ। ਦੋਨੇ ਜਾਣੇ ਬੜੇ ਹੰਕਾਰ ਦੇ ਭਰੇ ਹੋਏ ਕਿ ਸਾਡੇ ਵਰਗਾ ਕੋਈ ਤੀਰ ਕਮਾਨ ਨਹੀਂ ਚਲਾ ਸਕਦਾ ਹੈ, ਸਾਡੇ ਵਰਗੀ ਕੋਈ ਜੰਗ ਨਹੀਂ ਕਰ ਸਕਦਾ। ਦੋਨੇ ਜਾਣੇ ਤੁਰੇ ਆਉਂਦੇ ਹਨ, ਸਨੇ ਸਨੇ ਪਾਵਤ ਮਗ ਡੇਰੇ, ਹੌਲੀ ਹੌਲੀ ਰਸਤੇ ਦੇ ਉੱਪਰ ਚੱਲਦੇ ਪਏ ਹਨ। ਆਵਤ ਭਏ ਆ ਆਨੰਦਪੁਰ ਨੇੜੇ, ਚੱਲਦਿਆਂ ਚੱਲਦਿਆਂ ਗੁਰਮੁਖੋ ਆਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਆ ਕੇ ਪਹੁੰਚ ਗਏ ਹਨ। ਸੁਣ ਕਰ ਰਾਜੇ ਹਵੈ ਕਰ ਤਿਆਰ, ਰਾਜਿਆਂ ਨੂੰ ਪਤਾ ਲੱਗ ਗਿਆ ਵੀ 10,000 ਦੀ ਗਿਣਤੀ ਵਿੱਚ ਮੁਗਲ ਫੌਜ ਆ ਗਈ ਸਾਡੀ ਮਦਦ ਕਰਨ ਵਾਸਤੇ। ਪਹਾੜੀਏ ਰਾਜੇ ਵੀ ਉਸ ਵੇਲੇ ਤਿਆਰ ਹੋ ਗਏ ਹਨ। ਲੈ ਕਰ ਸੈਨਾ ਹੋਵੇ ਸਵਾਰ, ਇਹ ਵੀ ਆਪਣੀ ਫੌਜ ਲੈ ਕੇ ਤਿਆਰ ਹੋ ਪਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਉਣਾ ਕਰੀਏ। ਕੇ ਤੱਕ ਮਜ਼ਲ ਅਗਾਰੀ ਜਾਏ, ਅਤੇ ਕੁਝ ਕੁ ਇਹਨਾਂ ਨੇ ਮੰਜ਼ਲਾਂ ਅੱਗੋਂ ਜਾ ਕੇ, ਹੁਣ ਆਪਾਂ ਕਿਸੇ ਨੂੰ ਬੁਲਾਈਏ ਅਤੇ ਕੋਈ ਆਪਾਂ ਨੂੰ ਮਿਲਣ ਵਾਸਤੇ ਆਵੇ, ਅਤੇ ਆਪਾਂ ਅੱਗੋਂ ਜਾ ਕੇ ਉਹਨੂੰ ਜੀ ਆਇਆ ਕਹਿੰਦੇ ਆ ਨਾ ਵੀ ਭਾਈ ਤੂੰ ਆਇਆ ਤੇਰਾ ਧੰਨਵਾਦ। ਜਦੋਂ ਇਹਨਾਂ ਪਹਾੜੀਆਂ ਨੂੰ ਪਤਾ ਲੱਗਾ ਵੀ ਮੁਗਲ ਫੌਜ ਆ ਗਈ ਹੈ, ਇਹ ਅੱਗੋਂ ਲੈਣ ਵਾਸਤੇ ਗਏ, ਜੀ ਆਇਆ ਕਹਿਣ ਵਾਸਤੇ ਅੱਗੋਂ ਗਏ ਹਨ। ਤੁਰਕਨ ਸੰਗ ਮਿਲੇ ਹਰਖਾਏ, ਆਪਸ ਵਿੱਚ ਮਿਲੇ ਪਹਾੜੀਏ ਅਤੇ ਮੁਗਲ ਬੜੇ ਖੁਸ਼ ਹੋਏ ਇਹਨਾਂ ਪਹਾੜੀਆਂ ਦੇ ਨਾਲ, ਮੁਗਲਾਂ ਦੇ ਨਾਲ। ਉਦੋਂ ਵੀ ਗੁਰੂ ਦਾ ਵੈਰ ਹੈ ਅਤੇ ਖਾਲਸੇ ਦਾ ਅੱਜ ਵੀ ਵੈਰ ਹੀ ਹੈ, ਅੱਜ ਵੀ ਕੋਈ ਚੰਗਾ ਨਹੀਂ ਸਮਝਦਾ ਖਾਲਸੇ, ਕਿਉਂਕਿ ਖਾਲਸੇ ਦੀ ਚੜ੍ਹਦੀ ਕਲਾ ਕਿਸੇ ਤੋਂ ਜਰੀ ਨਹੀਂ ਜਾਂਦੀ, ਸਹੀ ਨਹੀਂ ਜਾਂਦੀ ਹੈ। ਐਸਾ ਪੰਥ ਮਹਾਰਾਜ ਨੇ ਬਣਾਇਆ ਹੈ। ਰੋ ਵਿਚਾਰ
ਕਹਿਣ ਲੱਗੇ ਬੜੇ ਖੁਸ਼ ਹੋਏ ਹਨ। ਭੀਮ ਚੰਦ ਕਹਿਲੂਰੀ ਰਾਏ, ਇਹ ਜਿਹੜਾ ਭੀਮ ਚੰਦ ਕਹਿਲੂਰੀਆ ਰਾਜਾ ਹੈ, ਵੀਰ ਸਿੰਘ ਜਸਪਾਲ ਮਿਲਾਏ, ਇੱਕ ਰਾਜੇ ਦਾ ਨਾਮ ਹੈ ਵੀਰ ਸਿੰਘ, ਇੱਕ ਰਾਜੇ ਦਾ ਨਾਮ ਹੈ ਜਸਪਾਲ ਰਾਏ। ਮਦਨਪਾਲ ਸਿਰਮੌਰੀ ਗਏ, ਕਹਿਣ ਲੱਗੇ ਸਿਰਮੌਰ ਦਾ ਜਿਹੜਾ ਰਾਜਾ ਹੈ ਉਹਦਾ ਨਾਮ ਹੈ ਮਦਨ ਲਾਲ, ਇਹ ਵੀ ਨਾਲ ਪਹੁੰਚਿਆ ਹੈ। ਦੇ ਬਹੁ ਭੇਟ ਮੇਲ ਤਬ ਕੀ, ਇਹਨਾਂ ਨੇ ਅੱਗੋਂ ਜੀ ਆਇਆਂ ਵੀ ਆਖਿਆ ਤੇ ਕੁਝ ਭੇਟਾਂ ਵੀ ਆਪਣੇ ਵੱਲੋਂ ਦਿੱਤੀ। ਗੁਰ ਕੀ ਬਾਤ ਸਕਲ ਸਮਝਾਈ, ਇਹਨਾਂ ਨੇ ਗੁਰੂ ਦੀ ਸਾਰੀ ਗੱਲ ਸਮਝਾ ਦਿੱਤੀ ਵੀ ਤੁਸੀਂ ਗੁਰੂ ਨੂੰ ਐਵੇਂ ਨਾ ਸਮਝਿਓ, ਇਹ ਨਾ ਸਮਝਿਓ ਵੀ ਗੁਰੂ ਇਕੱਲਾ ਹੀ ਹੈ ਤੇ ਆਪਾਂ ਏਡੀ ਵੱਡੀ ਫੌਜ ਆ। ਗੁਰੂ ਬੜਾ ਵੱਡਾ ਸੂਰਮਾ ਹੈ ਤੇ ਗੁਰੂ ਦੀ ਫੌਜ ਬੜੀ ਲੜਾਕੀ ਹੈ, ਇਸ ਕਰਕੇ ਗੁਰੂ ਨੂੰ ਮਾਰਨਾ ਇੰਨਾ ਸੌਖਾ ਨਹੀਂ ਹੈ। ਆਪਾਂ ਨੂੰ ਪਹਿਲਾਂ ਪੂਰੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਸਾਰੀ ਵਿਉਂਤਬੰਦੀ ਇਹਨਾਂ ਨੇ ਮੁਗਲ ਫੌਜ ਨੂੰ ਸਮਝਾ ਦਿੱਤੀ ਹੈ। ਇਸ ਪ੍ਰਕਾਰ ਇਤ ਧੂਮ ਉਠਾਈ, ਕਹਿਣ ਲੱਗੇ ਵੀ ਇਸ ਤਰ੍ਹਾਂ ਇਹਨਾਂ ਨੇ ਧੂਮ ਮਚਾ ਦਿੱਤੀ, ਰੌਲਾ ਪਾ ਦਿੱਤਾ, ਬੜਾ ਸ਼ੋਰ ਸ਼ਰਾਬਾ ਕੀਤਾ ਹੈ। ਨਹਿ ਚਾਕਰ ਨਰਬੀਰ ਨ ਕੋਈ, ਅਤੇ ਮਹਾਰਾਜ ਦੀਆਂ ਦੇ ਕੋਲ ਕੋਈ ਨੌਕਰ ਜਾਂ ਸੂਰਮਾ ਨਹੀਂ ਹੈ। ਇਤ ਉਤ ਤੇ ਮਿਲ ਭਾਦਲ ਸੋਈ, ਇਹਨਾਂ ਨੇ ਆਖਿਆ ਪਹਾੜੀ ਰਾਜਿਆਂ ਨੂੰ ਇਹ ਗੱਲ ਕਹੀ ਹੈ ਵੀ ਮਹਾਰਾਜ ਦੇ ਕੋਲ ਕੋਈ ਪੱਕਾ ਨੌਕਰ ਨਹੀਂ, ਤਨਖਾਹ ਤੇ ਫੌਜ ਕੋਈ ਨਹੀਂ ਰੱਖੀ ਮਹਾਰਾਜ ਨੇ, ਤੇ ਨਾ ਹੀ ਮਹਾਰਾਜ ਦੇ ਕੋਲ ਸੂਰਮੇ ਨੇ। ਤੇ ਉਹਨਾਂ ਪੁੱਛਿਆ ਮੁਗਲਾਂ ਨੇ ਵੀ ਜੇ ਸੂਰਮੇ ਵੀ ਨਹੀਂ ਤੇ ਤਨਖਾਹ ਵਾਲੀ ਫੌਜ ਵੀ ਨਹੀਂ, ਫਿਰ ਮਹਾਰਾਜ ਦੇ ਕੋਲ ਕੌਣ ਰਹਿੰਦਾ ਹੈ? ਤੇ ਪਹਾੜੀਏ ਕਹਿਣ ਲੱਗੇ ਵੀ ਮਹਾਰਾਜ ਦੇ ਕੋਲ ਇਧਰੋਂ ਉਧਰੋਂ ਪਿੰਡਾਂ ਵਿੱਚੋਂ ਵਿਹਲੇ ਲੋਕ ਰੋਟੀਆਂ ਖਾਣ ਵਾਲੇ ਉਹ ਮਹਾਰਾਜ ਦੇ ਕੋਲ ਆ ਕੇ ਰਹਿੰਦੇ ਨੇ, ਲੜਨਾ ਇਹਨਾਂ ਨੂੰ ਕੋਈ ਨਹੀਂ ਆਉਂਦਾ ਹੈ। ਐਵੇਂ ਗਿਣਤੀ ਮਹਾਰਾਜ ਨੇ ਇਕੱਠੀ ਕੀਤੀ ਹੈ ਬਹੁਤੇ ਬੰਦਿਆਂ ਦੀ, ਨਾ ਇਹਨਾਂ ਵਿੱਚੋਂ ਕੋਈ ਲੜਨ ਵਾਲਾ, ਨਾ ਇਹਨਾਂ ਵਿੱਚੋਂ ਕੋਈ ਪੱਕੀ ਤਨਖਾਹ ਲੈਣ ਵਾਲਾ ਹੈ। ਲਰਕਰਪੁਰ ਆਨੰਦ ਸ਼ੁਰਵਾ, ਅਤੇ ਆਪਾਂ ਹੁਣ ਲੜੀਏ ਅਤੇ ਆਨੰਦਪੁਰ ਸਾਹਿਬ ਵਿਹਲਾ ਕਰਵਾਈਏ। ਆਨੰਦਪੁਰ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਗੋਬਿੰਦ ਸਿੰਘ ਤੋਂ, ਬਸ ਇਹੋ ਹੀ ਆਪਣਾ ਇੱਕ ਮਕਸਦ ਹੈ। ਰਹੇ ਤਾਂ ਆਪਣੀ ਆਨ ਮਨਾਵੋ, ਅਤੇ ਜੇ ਮਹਾਰਾਜ ਸਾਡੇ ਕੋਲੋਂ ਹਾਰ ਗਏ ਅਤੇ ਮਹਾਰਾਜ ਸਾਨੂੰ ਕਹਿਣਗੇ ਵੀ ਨਹੀਂ ਭਾਈ ਆਨੰਦਪੁਰ ਦੇ ਵਿੱਚੋਂ ਬਾਹਰ ਨਾ ਮੈਨੂੰ ਕੱਢੋ, ਫਿਰ ਆਪਾਂ ਮਹਾਰਾਜ ਨੂੰ ਸ਼ਰਤਾਂ ਮਨਵਾਵਾਂਗੇ ਵੀ ਤੁਹਾਨੂੰ ਆਹ ਵੀ ਕਰਨਾ ਪਵੇਗਾ, ਆਹ ਵੀ ਕਰਨਾ ਪਵੇਗਾ। ਭਾਵ ਇਹ ਹੈ ਵੀ ਸਾਡੀ ਲੱਤ ਥੱਲੋਂ ਲੰਘਣਾ ਪਵੇਗਾ ਵੀ ਜੇ ਤਾਂ ਜਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ 'ਚੋਂ ਬਾਹਰ ਕੱਢੀਏ ਅਤੇ ਜਾਂ ਉਹਨਾਂ ਨੂੰ ਫਿਰ ਸ਼ਰਤਾਂ ਬਣਾਈਏ ਵੀ ਜੇ ਆਨੰਦਪੁਰ ਸਾਹਿਬ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇਹ ਇਹ ਸਾਡੀਆਂ ਗੱਲਾਂ ਮੰਨਣੀਆਂ ਪੈਣਗੀਆਂ, ਇਹ ਦੋ ਕੰਮਾਂ 'ਚੋਂ ਇੱਕ ਕੰਮ ਕਰਨਾ ਹੈ। ਵਰਜੋ ਨਹਿ ਫਤੂਰ ਇਤ ਪਾਵੇ, ਅਤੇ ਸਤਿਗੁਰਾਂ ਨੂੰ ਆਪਾਂ ਰੋਕਣਾ ਵੀ ਇਸ ਤਰ੍ਹਾਂ ਤੁਹਾਡੀ ਫੌਜ ਅੱਗੇ ਪਿੱਛੇ ਅੰਦਰ ਬਾਹਰ ਕਿਤੇ ਸਾਡੇ ਪੁੱਛੇ ਬਿਨਾਂ ਨਹੀਂ ਜਾ ਸਕਦੀ ਹੈ। ਹਮ ਪਰੇ ਆਪਣੋ ਦਲ ਨਾ ਚੜਾਵੇ, ਮਹਾਰਾਜ ਕਦੇ ਵੀ ਜ਼ਿੰਦਗੀ ਦੇ ਵਿੱਚ ਲਿਖ ਕੇ ਸਾਨੂੰ ਦੇ ਦੇਣ ਵੀ ਪਹਾੜੀ ਰਾਜਿਆਂ ਦੇ ਉੱਪਰ ਕਦੇ ਗੁਰੂ ਗੋਬਿੰਦ ਸਿੰਘ ਦੀ ਫੌਜ ਨਹੀਂ ਚੜ੍ਹੇਗੀ, ਇਹ ਵੀ ਮਹਾਰਾਜ ਨੂੰ ਗੱਲ ਆਪਾਂ ਮਨਾਉਣੀ ਹੈ। ਖੇਤੀ ਕਾ ਨੁਕਸਾਨ ਨਾ ਕਰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਾਡੀ ਫਸਲ ਦਾ ਕੋਈ ਨੁਕਸਾਨ ਨਾ ਕਰਨ, ਜੇ ਸਾਡੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਡਬਲ ਹਰਜਾਨਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਨੂੰ ਭਰਨਾ ਪਵੇਗਾ, ਜੇ 500 ਦੀ ਫਸਲ ਹੈ ਤਾਂ 1000 ਰੁਪਇਆ ਡਬਲ ਅਸੀਂ ਲਵਾਂਗੇ। ਇਹ ਸਾਰੀਆਂ ਗੱਲਾਂ ਮਹਾਰਾਜ ਨੂੰ ਮਨਾਉਣੀਆਂ ਹਨ। ਆਪਣੇ ਨਗਰ ਵਾਸ ਕੋ ਧਰੈ, ਅਤੇ ਨਾਲ ਹੀ ਮਹਾਰਾਜ ਨੂੰ ਇਹ ਆਖਣਾ ਵੀ ਤੁਸੀਂ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਹੈ, ਤੁਸੀਂ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹਿਣਾ ਹੈ, ਇਦੋਂ ਬਾਹਰ ਜਾਣ ਦੀ ਤੁਹਾਨੂੰ ਆਗਿਆ ਨਹੀਂ ਹੈ। ਇਤਿਹਾਦਕ ਸਮਝਾਵਤ ਲਿਆ, ਇਤਿਹਾਦਕ ਕਈ ਗੱਲਾਂ ਸਮਝਾ ਕੇ ਅਤੇ ਫਿਰ ਪਹਾੜੀ ਜਿਹੜੇ ਰਾਜੇ ਨੇ ਮੁਗਲਾਂ ਦੀ ਫੌਜ ਲੈ ਆਏ ਹਨ। ਰੋਪੜ ਤੇ ਚੜ ਆਗੂ ਧਾਏ, ਰੋਪੜ ਤੋਂ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਗਏ, ਰੋਪੜ ਸ਼ਹਿਰ ਹੈ ਨਾ ਆਪਣੇ ਨੇੜੇ, ਇੱਥੋਂ ਇਕੱਠੇ ਹੋ ਕੇ ਅਤੇ ਫਿਰ ਫੌਜ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲੇ ਹਨ। ਕੀਰਤਪੁਰ ਕੋ ਲੰਘੇ, ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਪਹੁੰਚ ਗਏ ਅਤੇ ਫਿਰ ਕੀਰਤਪੁਰ ਸਾਹਿਬ ਤੋਂ ਵੀ ਅੱਗੇ ਲੰਘ ਗਏ ਹਨ। ਆਨ ਆਨੰਦਪੁਰ ਹੋਇਓ ਨੇਰ, ਗੁਰਮੁਖੋ ਚੱਲ ਕੇ ਅਤੇ ਫਿਰ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਏ ਹਨ। ਦੋਹਰਾ ਉਲੰਘੇ ਕੀਰਤਪੁਰੀ ਅਤੇ ਦੁੰਦਵ ਬ੍ਰਿਜ ਬ੍ਰਿੰਦ ਵਜਾਏ, ਕੀਰਤਪੁਰ ਸਾਹਿਬ ਤੋਂ ਨਿਕਲੇ ਨਾ ਆਨੰਦਪੁਰ ਸਾਹਿਬ ਨੂੰ, ਬੜੇ ਨਗਾਰੇ ਵਜਾ ਕੇ, ਢੋਲ ਵਜਾ ਕੇ, ਬੜਾ ਸ਼ੋਰ ਸ਼ਰਾਬਾ ਕਰਕੇ ਬੜੀ ਧੁੰਮ ਮਚਾਈ ਹੈ ਵੀ ਅਸੀਂ ਮਹਾਰਾਜ ਨਾਲ ਜੰਗ ਕਰਨ ਚੱਲੇ ਹਾਂ। ਉੱਚੀ ਖਬਰ ਆਨੰਦਪੁਰ ਚਮੂ ਤੁਰਕ ਕੀ, ਹੁਣ ਕੁਝ ਮਹਾਰਾਜ ਦਾ ਪਰਿਵਾਰ ਕੀਰਤਪੁਰ ਸਾਹਿਬ ਰਹਿੰਦਾ ਹੈ, ਕੁਝ ਸਿੱਖ ਵੀ ਰਹਿੰਦੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਫੌਜ ਆਨੰਦਪੁਰ ਸਾਹਿਬ ਨੂੰ ਜਾ ਰਹੀ ਹੈ ਅਤੇ ਮਹਾਰਾਜ 'ਤੇ ਹਮਲਾ ਕਰਨ ਚੱਲੇ। ਆਨੰਦਪੁਰ ਸਾਹਿਬ ਦੇ ਵਿੱਚੋਂ 2-4 ਬੰਦੇ ਦੌੜ ਕੇ ਕੀਰਤਪੁਰ ਸਾਹਿਬ ਤੋਂ ਦੌੜ ਕੇ ਆਨੰਦਪੁਰ ਸਾਹਿਬ ਪਹੁੰਚੇ, ਮਹਾਰਾਜ ਨੂੰ ਦੱਸਿਆ ਮਹਾਰਾਜ ਸਾਵਧਾਨ ਹੋ ਜਾਓ, ਇੱਕ ਵੱਡੀ ਫੌਜ ਤੁਹਾਨੂੰ ਘੇਰਾ ਪਾਉਣ ਵਾਸਤੇ ਆ ਰਹੀ ਹੈ। ਕਿਸੇ ਕੀਰਤਪੁਰ ਸਾਹਿਬ ਦੇ ਪਰਿਵਾਰ ਨੇ ਦੌੜ ਕੇ ਜਾ ਕੇ ਮਹਾਰਾਜ ਨੂੰ ਇਹ ਖਬਰ ਦਿੱਤੀ ਹੈ। ਪਾਦੜੀ ਛੰਦ ਸਭ ਸੈਲਪਤੀ ਕਰਕੇ ਪੁਕਾਰ, ਸਾਰੇ ਰਾਜੇ ਜਿੰਨੇ ਪਹਾੜੀਏ ਰਾਜੇ ਨੇ 22 ਰਾਜੇ ਇਕੱਠੇ ਹੋ ਕੇ
ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਪੁਕਾਰ ਕਰਕੇ ਫਰਿਆਦ ਕਰਕੇ ਬਹੁਤ ਦਈਓ ਦਰਬ ਦਿੱਲੀ ਮਝਾਰ ਵੀ ਦੱਸਿਆ ਗਿਆ ਵੀ 1,00,000 ਰੁਪਈਆ ਦਿੱਲੀ ਇਹਨਾਂ ਨੇ ਦਿੱਤਾ ਹੈ ਰਿਸ਼ਵਤ ਦੇ ਰੂਪ ਦੇ ਵਿੱਚ ਤੇ ਦਿੱਲੀ ਤੋਂ ਵੱਡੀ ਫੌਜ ਦੀ ਮਦਦ ਮੰਗਵਾਈ ਹੈ ਆਨੇ ਚੜਾਏ ਹੈ 10,000 ਮਹਾਰਾਜ 10,000 ਦੀ ਗਿਣਤੀ ਦੀ ਫੌਜ ਆਪ ਜੀ ਦੇ ਉੱਪਰ ਚੜ ਕੇ ਆਈ ਹੈ ਉਮਰਾਏ ਦੋਏ ਹਿਤ ਕਰਨ ਰਾਰ ਉਹ ਆਏ ਨੇ ਵਜ਼ੀਰ ਦੀਨਾ ਬੇਗ ਤੇ ਪੈਂਡੇ ਖਾਨ ਤੁਹਾਡੇ ਨਾਲ ਝਗੜਾ ਕਰਨ ਵਾਸਤੇ ਜਾਂ ਕਹਿ ਲਈਏ ਜੰਗ ਕਰਨ ਵਾਸਤੇ ਆਏ ਹਨ ਸੁਣ ਗੁਰੂ ਹੁਕਮ ਦੀਨੋ ਉਚਾਰ ਜਦੋਂ ਮਹਾਰਾਜ ਨੂੰ ਪਤਾ ਲੱਗਾ ਨਾ ਵੀ ਏਡੀ ਵੱਡੀ ਫੌਜ ਆ ਗਈ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਉਸੇ ਵੇਲੇ ਇਕੱਠਿਆਂ ਕਰਕੇ ਤੇ ਫਿਰ ਹੁਕਮ ਦਿੱਤਾ ਹੈ ਸਭ ਚੜ੍ਹੇ ਖਾਲਸਾ ਸ਼ਸਤਰ ਧਾਰ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਸਾਵਧਾਨ ਹੋ ਜਾਵੋ ਅਤੇ ਸ਼ਸਤਰ ਪਹਿਨ ਲਵੋ ਸਾਡਾ ਸਾਰਿਆਂ ਨੂੰ ਇਹ ਹੁਕਮ ਹੈ ਵੀ ਜੰਗ ਮੈਦਾਨ ਦੇ ਵਿੱਚ ਪਿੱਛੇ ਨਹੀਂ ਹਟਣਾ ਅਤੇ ਸਾਨੂੰ ਪੁੱਛ ਕੇ ਨਹੀਂ ਵੀ ਮਹਾਰਾਜ ਕਹਿਣਗੇ ਅਤੇ ਹਮਲਾ ਕਰਨਾ ਜਿੱਥੇ ਕਿਸੇ ਦਾ ਦਾਅ ਲੱਗਦਾ ਜਿਵੇਂ ਦੀ ਕੋਈ ਜੰਗ ਕਰ ਸਕਦਾ ਜੰਗ ਕਰਨ ਦਾ ਸਮਾਂ ਆ ਗਿਆ ਤਗੜੇ ਹੋ ਜਾਣਾ ਕਰੋ ਇਹ ਪ੍ਰਥਮ ਜੰਗ ਤੁਰਕਾਨ ਸੰਗ ਮਹਾਰਾਜ ਕਹਿਣ ਲੱਗੇ ਪਹਿਲਾਂ ਤਾਂ ਆਪਣੀਆਂ ਪਹਾੜੀ ਰਾਜਿਆਂ ਦੇ ਨਾਲ ਜੰਗ ਹੁੰਦੀ ਰਹੀ ਹੈ ਪਹਾੜੀ ਰਾਜੇ ਸਾਰੇ ਹਿੰਦੂ ਨੇ ਪਹਿਲਾਂ ਤਾਂ ਜੰਗ ਉਹਨਾਂ ਨਾਲ ਹੁੰਦੀ ਰਹੀ ਹੈ ਇਹ ਪਹਿਲਾ ਜੰਗ ਹੈ ਜਿਹੜਾ ਮੁਗਲਾਂ ਦੇ ਨਾਲ ਹੋਣ ਲੱਗਾ ਹੈ ਮੁਸਲਮਾਨ ਦੇ ਨਾਲ ਜੰਗ ਹੋਣ ਲੱਗਾ ਮੁਗਲਾਂ ਦੇ ਨਾਲ ਜਾਂ ਕਹਿ ਲਈਏ ਵੀ ਔਰੰਗਜ਼ੇਬ ਦੀ ਫੌਜ ਨਾਲ ਜੰਗ ਹੋਣ ਲੱਗਾ ਇਹ ਪਹਿਲਾ ਜੰਗ ਹੈ ਔਰ ਔਰੰਗਜ਼ੇਬ ਦੀ ਫੌਜ ਇਹੋ ਜਿਹੀ ਹੈ ਜਿਹੜੀ ਕਦੇ ਜੰਗ ਮੈਦਾਨ ਵਿੱਚੋਂ ਹਾਰੀ ਨਹੀਂ ਹੈ ਕਿਉਂਕਿ ਔਰੰਗਜ਼ੇਬ ਦਾ ਡਰ ਹੀ ਇੰਨਾ ਤਾਕਤ ਹੀ ਇੰਨੀ ਫੌਜ ਏਡੀ ਵੱਡੀ ਹੈ ਔਰੰਗਜ਼ੇਬ ਦੇ ਕੋਲੋਂ ਕੋਈ ਹਾਰਿਆ ਨਹੀਂ ਹੈ ਧਰ ਖਰ ਖਤੰਗ ਪੂਰੋ ਨਿਖੰਗ ਇਸ ਕਰਕੇ ਆਪਣੇ ਤੀਰਾਂ ਦੇ ਪੱਥੇ ਇਹਨਾਂ ਨੂੰ ਭਰ ਲੈਣਾ ਕਰੋ ਤਤਕਾਲ ਡਾਰ ਜੀਨਨ ਤੁਰੰਗ ਛੇਤੀ ਨਾਲ ਘੋੜਿਆਂ ਦੇ ਉੱਪਰ ਕਾਠੀਆਂ ਪਾ ਕੇ ਤੇ ਘੋੜੇ ਤਿਆਰ ਕਰਨਾ ਕਰੋ ਕਸ ਕਮਰ ਲੀਨ ਤੂਰਨ ਤੂਫੰਗ ਆਪੋ ਆਪਣੇ ਲੱਕ ਨੂੰ ਕਮਰ ਕੱਸੇ ਖਿੱਚ ਲਵੋ ਕਮਰ ਕੱਸਾ ਕਰਕੇ ਤਿਆਰ ਹੋ ਜਾਓ ਤੇ ਮੋਢੇ ਦੇ ਉੱਪਰ ਬੰਦੂਕਾਂ ਪਾ ਲੈਣਾ ਕਰੋ ਦੁੰਦਬ ਬਾਜਿਓ ਰਣਜੀਤ ਗਾਜ ਇਧਰੋਂ ਮਹਾਰਾਜ ਜੀਆਂ ਦੇ ਸੂਰਮਿਆਂ ਨੇ ਵੀ ਰਣਜੀਤ ਨਗਾਰਾ ਵਜਾ ਦਿੱਤਾ ਜੰਗ ਦਾ ਬਿਲਕੁਲ ਤਿਆਰੀ ਕਰ ਲਈ ਹੈ ਸਭ ਹੂਨ ਜਾਨ ਸੰਗਰਾਮ ਕਾਜ ਸਾਰੇ ਖਾਲਸੇ ਨੂੰ ਪਤਾ ਲੱਗ ਗਿਆ ਵੀ ਹੁਣ ਜੰਗ ਦਾ ਸਮਾਂ ਜਿਹੜਾ ਹੈ ਉਹ ਆ ਕੇ ਬੰਨ ਵਾਲਾ ਹੈ ਗੁਲਕਾਮ ਬਰੂਦ ਵਰਤਾਏ ਬ੍ਰਿੰਦ ਸਾਰਿਆਂ ਨੂੰ ਗੋਲੀਆਂ ਕਿਉਂਕਿ ਇੱਕ ਅਸਲੇ ਦਾ ਇੱਕ ਟਿਕਾਣਾ ਹੈ ਸਾਰਾ ਅਸਲਾ ਉੱਥੇ ਜਮ੍ਹਾਂ ਹੁੰਦਾ ਜਦੋਂ ਜੰਗ ਪੈਂਦਾ ਉਦੋਂ ਅਸਲਾ ਵੰਡਿਆ ਜਾਂਦਾ ਜਿੰਨੀਆਂ ਕਿਸੇ ਨੇ ਗੋਲੀਆਂ ਮੰਗੀਆਂ ਜਿੰਨਾ ਕਿਸੇ ਨੇ ਬਰੂਦ ਮੰਗਿਆ ਕਿਸੇ ਨੂੰ ਤਲਵਾਰ ਚਾਹੀਦੀ ਹੈ ਕਿਸੇ ਨੂੰ ਤੀਰ ਚਾਹੀਦਾ ਬਰਛਾ ਚਾਹੀਦਾ ਨੇਜਾ ਚਾਹੀਦਾ ਭਾਲਾ ਚਾਹੀਦਾ ਜੋ ਵੀ ਕਿਸੇ ਨੇ ਮੰਗਿਆ ਵੀ ਮੈਨੂੰ ਜੰਗ ਵਿੱਚ ਆਹ ਹਥਿਆਰ ਦੇਵੋ ਉਵੇਂ ਉਵੇਂ ਸਾਰਿਆਂ ਨੂੰ ਹਥਿਆਰ ਮਿਲੇ ਹਨ ਤੋੜੇ ਤੁਖਾਏ ਬੀਰਨ ਬਿਲੰਦ ਇਧਰੋਂ ਸੂਰਮਿਆਂ ਨੇ ਉਦੋਂ ਗੁਰਮੁਖੋਂ ਤੋੜੇਦਾਰ ਬੰਦੂਕਾਂ ਹੁੰਦੀਆਂ ਸਨ ਅੱਜ ਵਾਂਗੂ ਨਹੀਂ ਵੀ ਫੈਰ ਪਾਇਆ ਅਤੇ ਝੱਟ ਨਿਸ਼ਾਨਾ ਬੱਧਾ ਅਤੇ ਲੱਗ ਗਿਆ ਉਦੋਂ ਤੋੜੇਦਾਰ ਬੰਦੂਕਾਂ ਸਨ ਪਹਿਲਾਂ ਉਹਨਾਂ ਵਿੱਚ ਬਰੂਦ ਪਾਉਣਾ ਪੈਂਦਾ ਫਿਰ ਬਰੂਦ ਠੋਕਣਾ ਪੈਂਦਾ ਗਜਾਂ ਦੇ ਨਾਲ ਫਿਰ ਉਸਨੂੰ ਅੱਗ ਲਾਉਣੀ ਪੈਂਦੀ ਫਿਰ ਜਾ ਕੇ ਕਿਤੇ ਬੰਦੂਕ ਚੱਲਦੀ ਕਹਿਣ ਲੱਗੇ ਤੋੜੇਦਾਰ ਉਦੋਂ ਬੰਦੂਕਾਂ ਸਨ ਉਹਨਾਂ ਨੂੰ ਉਸ ਵੇਲੇ ਅੱਗ ਲਾਈ ਗਈ ਹੈ ਚੜ ਚੜ ਤੁਰੰਗ ਪਰ ਵਹਿਰ ਆਏ ਤੇ ਕਹਿਣ ਲੱਗੇ ਕੋਈ ਘੋੜੇ ਤੇ ਕੋਈ ਪੈਦਲ ਤੇ ਕੋਈ ਹਾਥੀ ਤੇ ਚੜ੍ਹ ਕੇ ਮਹਾਰਾਜ ਦੀ ਫੌਜ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੀ ਹੈ ਜਿਤ ਸੁਣੇ ਤੁਰਕ ਤਿਤ ਸਨਮੁਖ ਜਾਏ ਇਧਰੋਂ ਪਤਾ ਲੱਗਾ ਨਾ ਵੀ ਇਧਰੋਂ ਮੁਗਲ ਫੌਜ ਆਉਂਦੀ ਪਈ ਆ ਖਾਲਸਾ ਸਾਹਮਣੇ ਹੋ ਗਿਆ ਲੋਹੇ ਦੀ ਕੰਧ ਬਣ ਕੇ ਵੀ ਐਤਕੀ ਮੁਗਲਾਂ ਨਾਲ ਜੰਗ ਕਰਕੇ ਆਨੰਦ ਲੈਣਾ ਹੈ ਕਸ ਕਸ ਤੁਫੰਗ ਗੁਲਕਾਨ ਮਾਰ ਉਸ ਵੇਲੇ ਆਉਂਦੀ ਵੇਖ ਕੇ ਮੁਗਲ ਫੌਜ ਨੂੰ ਤੇ ਕਸ ਕਸ ਕੇ ਬੰਦੂਕਾਂ ਦੇ ਲਾ ਲਾ ਕੇ ਨਿਸ਼ਾਨੇ ਤੇ ਗੋਲੀਆਂ ਚਲਾਈਆਂ ਹਨ ਰੁਕਿਅੰਤ ਅਗਰ ਰਿਪ ਤਰਾਸ ਧਾਰ ਜਿਹੜੇ ਉਹ ਮੁਗਲ ਦੌੜੇ ਆਉਂਦੇ ਸਨ ਦਵਾ ਦਵ ਛੇਤੀ ਦੇ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਰੁਕ ਗਏ ਇੱਕ ਜਗ੍ਹਾ 'ਤੇ ਖਲੋਣ ਵਾਸਤੇ ਮਜਬੂਰ ਹੋ ਗਿਆ ਵੀ ਅੱਗੇ ਵਧਾਂਗੇ ਤਾਂ ਮੌਤ ਮਿਲੇਗੀ ਖਾਲਸੇ ਨੇ ਪਹਿਲਾ ਹਮਲਾ ਇੰਨੀ ਤਕੜਾਈ ਦੇ ਨਾਲ ਕੀਤਾ ਕਿ ਮੁਗਲ ਫੌਜ ਨੂੰ ਰਸਤੇ ਵਿੱਚ ਰੁਕਣ ਵਾਸਤੇ ਮਜਬੂਰ ਕਰ ਦਿੱਤਾ ਹੈ ਜਬ ਛੁੱਟੀ ਸ਼ਲਖ ਤੁਰਕਾਨ ਜਾਨ ਜਦੋਂ ਮੁਗਲਾਂ ਨੇ ਜਾਣਿਆ ਵੀ ਬੰਦੂਕ ਵਿੱਚੋਂ ਇੱਕੇ ਵਾਰੀ ਗੋਲੀਆਂ ਛੁੱਟੀਆਂ ਹਨ ਸ਼ਸਤਰਨ ਸੰਭਾਰ ਬਨ ਸਾਵਧਾਨ ਇਹ ਵੀ ਸਾਵਧਾਨ ਹੋ ਗਏ ਦੀਨਾ ਬੇਗ ਨੇ ਅਤੇ ਪੈਂਡੇ ਖਾਨ ਇਹਨਾਂ ਦੋਨਾਂ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਭਾਈ ਜੰਗ ਸ਼ੁਰੂ ਹੋ ਗਿਆ ਜੇ ਜਿੱਥੇ ਆਪਾਂ ਪਹੁੰਚਣਾ ਉੱਥੇ ਪਹੁੰਚ ਗਏ ਹਾਂ ਸਾਰੀ ਫੌਜ ਸਾਵਧਾਨ ਹੋ ਜਾਓ ਐਵੇਂ ਅਨਿਆਈ ਮੌਤ ਨਾ ਮਰਿਓ ਮਾਰ ਕੇ ਮਰਨਾ ਹੈ ਇਹਨਾਂ ਮੁਗਲ ਜਰਨੈਲਾਂ ਨੇ ਵੀ ਆਪਣੀ ਫੌਜ ਨੂੰ ਸਾਵਧਾਨ ਕੀਤਾ ਹੈ ਇੱਕ ਵਾਰ ਪਰੇ ਦੁੰਦਬ ਵਜਾਏ ਕਹਿਣ ਲੱਗੇ ਦੋਨਾਂ ਪਾਸਿਆਂ ਤੋਂ ਨਗਾਰੇ ਵਜੇ ਬੜਾ ਜੋਸ਼ ਆਇਆ ਸੂਰਮਿਆਂ ਤੋਂ ਦੋਨੇ ਫੌਜਾਂ ਇੱਕ ਦੂਜੇ ਦੇ ਉੱਪਰ ਜੁੱਟ ਪਈਆਂ ਮੋਰਨ ਮਨਿੰਦ ਘੋਰਨ ਫੰਦਾ ਕਹਿਣ ਲੱਗੇ ਜਿਵੇਂ ਮੋਰ
ਘੁੰਮਦਾ ਹੈ ਨਾ, ਇਸ ਤਰ੍ਹਾਂ ਸੂਰਮੇ ਆਪੋ ਆਪਣੇ ਘੋੜਿਆਂ ਨੂੰ ਇੱਧਰ ਉੱਧਰ ਨੂੰ ਘੁਮਾਉਂਦੇ ਹਨ। ਕਰ ਹਲਾ ਹੂਲ ਕੜਕੀ ਕਮਾਨ, ਕਹਿਣ ਲੱਗੇ ਜਦੋਂ ਕਮਾਨ ਵਿੱਚੋਂ ਤੀਰ ਚੱਲਦੇ ਤੇ ਕੜਕੜ ਦੀ ਆਵਾਜ਼ ਕਮਾਨ ਵਿੱਚੋਂ ਆਉਂਦੀ ਹੈ। ਬਹੁ ਐਂਚ ਐਂਚ ਮੁਚਕੰਤ ਬਾਨ, ਤੇ ਉਸ ਵੇਲੇ ਖਿੱਚ ਖਿੱਚ ਕੇ ਤੀਰ ਜਿਹੜੇ ਨੇ ਉਹ ਕਮਾਨ ਵਿੱਚੋਂ ਚੱਲਦੇ, ਜਦੋਂ ਕਮਾਨ ਵਿੱਚ ਤੀਰ ਰੱਖ ਕੇ ਖਿੱਚਿਆ ਜਾਂਦਾ ਤੇ ਕਮਾਨ ਦੋਹਰੀ ਹੋ ਜਾਂਦੀ ਹੈ, ਕੜਕੜ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਜਿਹੜੇ ਸੂਰਮੇ ਨੇ ਉਹ ਤੀਰ ਚਲਾਉਂਦੇ ਪਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪਹਿਲੀ ਵਾਰੀ ਮੁਗਲਾਂ ਨਾਲ ਜੰਗ ਕਿਵੇਂ ਕਰਦਾ, ਔਰ ਇਹ ਜਿਹੜੇ ਜਰਨੈਲ ਆਏ ਨੇ ਇਹਨਾਂ ਨੂੰ ਕਿਵੇਂ ਮੌਤ ਪ੍ਰਾਪਤ ਹੁੰਦੀ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ਼ ਕਰਨੀਆਂ, ਲੇਖਾ ਕਤਹ ਨ ਛੂਟੀ ਗੁਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ।